ਕੰਗਨਪੁਰ ਇੱਕ ਕਸਬਾ ਸੀ ਅਤੇ ਉੱਥੇ ਇੱਕ ਪੂਰਾ ਬਾਜ਼ਾਰ ਵੀ ਸੀ ਅਤੇ ਪਿੰਡ ਦੇ ਵਿੱਚ ਉੱਥੇ ਮੁਸਲਿਮ ਵੀ ਸੀਗੇ, ਹਿੰਦੂ ਵੀ ਸੀਗੇ, ਸਿੱਖ ਵੀ ਸੀਗੇ ਅਤੇ ਕਈ ਫੈਮਿਲੀਜ਼ ਤਾਂ ਉੱਥੇ ਹੀ ਉਹਨਾਂ ਨੇ ਮਾਰਤੀਆਂ। ਸਾਰਾ ਟੱਬਰ ਸੀ ਅਤੇ ਖਾਣ ਪੀਣ ਦਾ ਕੁਛ ਹੈ ਨਹੀਂ ਸੀ, ਕੋਈ ਸਮਾਨ ਤਾਂ ਲਿਆ ਨਹੀਂ ਸਕੇ, ਨਾ ਪੈਸੇ ਲਿਆ ਸਕੇ, ਕੁਛ ਨਹੀਂ ਚੱਕ ਸਕੇ। ਜਿਹੜੇ ਆਪਣੇ ਫਾਦਰ ਸੀ ਉਹਨਾਂ ਦਾ ਨਾਮ ਪਹਿਲਾਂ ਗੁਰਚਰਨ ਸਿੰਘ ਰੱਖਿਆ ਹੋਇਆ ਸੀ ਅਤੇ ਵਾਲ ਕਟਾ ਅਤੇ ਉਸ ਤੋਂ ਬਾਅਦ ਉਹਨਾਂ ਦਾ ਨਾਮ ਚਰਨਦਾਸ ਪੈ ਗਿਆ। ਨਾਨਾ ਜੀ ਦੀ 20 ਕਿੱਲੇ ਜ਼ਮੀਨ ਸੀ, ਇੱਧਰ 20 ਕਿੱਲੇ ਸਰਸੇ ਕੋਲ ਜਿਹੜਾ ਸੰਘਾ ਪਿੰਡ ਹੈ ਅਤੇ ਉੱਥੇ ਮਿਲੀ ਸੀ ਉਹਨਾਂ ਨੂੰ ਅਤੇ ਉੱਥੇ ਉਹਨਾਂ ਨੇ ਕਹਿਤਾ ਵੀ ਇੱਥੇ ਤੁਸੀਂ ਬਣਾ ਲਓ ਦੁਕਾਨ ਅਤੇ ਉਹਨਾਂ ਨੇ ਰਾਤ ਨੂੰ ਅਚਾਨਕ ਅੱਗ ਲਾਤੀ ਦੁਕਾਨ ਨੂੰ। ਪ੍ਰਾਇਮਰੀ ਸਕੂਲ ਵੀ ਸੀਗਾ, ਸੱਚ ਪ੍ਰਾਇਮਰੀ ਸਕੂਲ ਮਾਸਟਰ ਬੀਰੂ ਰਾਮ ਉਹਦਾ ਸੀਗਾ, ਉੱਥੇ ਉਦੋਂ ਪੱਗ ਬੰਨਦੇ ਸੀ। ਵਾਲ ਰੱਖੇ ਸੀ ਕਿ ਨਹੀਂ? ਨਹੀਂ, ਵਾਲ ਨਹੀਂ ਸੀ ਰੱਖੇ, ਪੱਗ ਬੰਨਦੇ ਸੀ। ਪੱਗ ਵੀ ਜਿਹੜੀ ਉਹ ਥੱਲੇ ਲੜ ਲੰਮ 15 ਅਗਸਤ 1947 ਜਿੱਥੇ ਆਜ਼ਾਦੀ ਦਿਵਸ ਹੈ, 75 ਸਾਲ ਹੋ ਗਏ ਨੇ ਆਜ਼ਾਦੀ ਮਿਲੀ ਨੂੰ, ਬਹੁਤ ਇਤਿਹਾਸਿਕ ਦਿਨ ਹੈਗਾ। ਪਰ ਇਹੀ ਸਾਲ 1947 ਅਤੇ ਇਹੀ ਦਿਨ ਅਤੇ ਇਸ ਤੋਂ ਪਹਿਲੇ ਦਿਨ 1947 ਦੇ ਉਹ ਉਸੇ ਸਮੇਂ ਕਾਲੇ ਦਿਨ ਵੀ ਪੰਜਾਬ ਦੇ ਇਤਿਹਾਸ ਦਾ, ਭਾਰਤ ਦੇ ਇਤਿਹਾਸ ਅਤੇ ਦੁਨੀਆ ਦੇ ਇਤਿਹਾਸ ਦਾ ਉਹ ਸਾਲ 47 ਦਾ ਸਾਲ ਜਦੋਂ ਜਿਹੜਾ ਮੁਲਕ ਵੰਡਿਆ ਗਿਆ, ਦੋ ਹਿੱਸਿਆਂ 'ਚ ਵੰਡਿਆ ਗਿਆ, ਉਸ ਵੇਲੇ ਜੋ ਦੁਖਾਂਤ ਵਾਪਰਿਆ, ਜੋ ਹੋਲੋਕਾਸਟ ਵਾਪਰਿਆ, ਜੋ ਕਤਲੇਆਮ ਹੋਇਆ ਦੋਨੋਂ ਤਰਫ ਜਦੋਂ ਵੰਡ ਹੋਈ ਮੁਲਕ ਦੀ, ਉਹ ਇੱਕ ਬਲੈਕ ਹਿਸਟਰੀ ਹੈ, ਬਲੈਕ ਡੇ ਹੈ ਅਤੇ ਕਾਲਾ ਇਤਿਹਾਸ ਵੀ ਹੈਗਾ। ਇਹ ਦੋਨੇ ਪਾਸੇ ਹੈ, ਇਹਦੇ ਇੱਥੇ ਆਜ਼ਾਦੀ ਦੇ ਜਸ਼ਨ ਵੀ ਮਨਾਏ ਜਾ ਰਹੇ ਨੇ, ਉੱਥੇ ਨਾਲ ਹੀ 47 ਦੇ ਦਰਦ ਦੀਆਂ ਗਾਥਾਵਾਂ, ਕਹਾਣੀਆਂ ਅਤੇ ਜਿਹੜੇ ਉਸ ਦੁਖਾਂਤ ਦੀਆਂ ਘਟਨਾਵਾਂ ਦਾ ਵਰਣਨ 75 ਸਾਲ ਤੋਂ ਹੀ ਹੋ ਰਿਹਾ ਅਤੇ ਨਵੀਆਂ ਪੁਰਾਣੀਆਂ, ਨਵੀਆਂ ਵੀ ਆਉਂਦੇ ਨੇ, ਪੁਰਾਣੀਆਂ ਵੀ ਆਉਂਦੀਆਂ ਨੇ। ਅਤੇ ਅੱਜ ਅਸੀਂ ਉਸੇ ਦੁਖਾਂਤ ਦੀ ਇੱਕ ਕਹਾਣੀ ਜਿਹੜੀ ਹੈ ਉਹ ਅਸੀਂ ਤੁਹਾਨੂੰ ਸੁਣਾਵਾਂਗੇ ਅਤੇ ਉਹ ਕਹਾਣੀ ਉਹ ਕਿਸੇ ਹੋਰ ਦੀ ਨਹੀਂ, ਉਹ ਸਾਡੇ ਆਪਣੇ ਪਰਿਵਾਰ ਦੀ। 1947 ਤੋਂ ਪਹਿਲਾਂ ਸਾਡਾ ਪਰਿਵਾਰ, ਮੇਰੇ ਜਿਹੜੇ ਦਾਦਕੇ ਸੀ, ਜਿਹੜੇ ਮਾਪੇ ਸੀ, ਉਹ ਪਾਕਿਸਤਾਨ, ਜਿਹੜਾ ਕਿ ਹੁਣ ਪਾਕਿਸਤਾਨ ਹੈ, ਉਹ ਜਿਹੜਾ ਕਿ ਰਹਿੰਦਾ ਪੰਜਾਬ ਹੈ, ਉੱਥੋਂ ਦੇ ਬਛਿੰਦੇ ਸੀ। ਸਾਡਾ ਪਰਿਵਾਰ ਵੀ 1947 'ਚ ਉੱਥੋਂ ਮਾਈਗ੍ਰੇਟ ਕਰਕੇ ਆਇਆ। ਮੇਰਾ ਜਨਮ ਤਾਂ ਉਸ ਤੋਂ ਬਾਅਦ ਹੀ ਹੋਇਆ, ਪਰ ਸਾਡੇ ਪਰਿਵਾਰ ਦੇ ਕੁਛ ਮੈਂਬਰ ਜਿਹੜੇ ਕਿ ਉਸ ਦੁਖਾਂਤ ਦੇ, ਮੇਰੇ ਮਾਤਾ ਪਿਤਾ ਗੁਜ਼ਰ ਚੁੱਕੇ ਨੇ, ਪਰ ਜਿਹੜੇ ਕੁਛ ਪਰਿਵਾਰ ਦੇ ਮੈਂਬਰ ਇਹ ਜਿਹੜੇ ਚਸ਼ਮਦੀਦ ਗਵਾਹ ਨੇ, ਜਿਨ੍ਹਾਂ ਨੇ ਉਹ ਹੰਡਾਇਆ ਭੁਗਤਿਆ, ਉਹਨਾਂ ਦੇ ਜ਼ਬਾਨੀ ਅਸੀਂ ਤੁਹਾਨੂੰ ਉਦੋਂ ਮਾਹੌਲ ਕਿਹੋ ਜਿਹਾ ਸੀ, ਕਿਸ ਤਰ੍ਹਾਂ ਦਾ ਦੁਖਾਂਤ ਭੁਗਤਿਆ ਸਾਡੇ ਪਰਿਵਾਰ ਨੇ ਜਾਂ ਹੋਰਾਂ ਪਰਿਵਾਰਾਂ ਨੇ, ਉਹਦਾ ਜਿਹੜਾ ਚਿੱਤਰਨ ਥੋੜ੍ਹਾ ਗੱਲਬਾਤ 'ਚ ਅਸੀਂ ਕੋਸ਼ਿਸ਼ ਕਰਾਂਗੇ। ਮੈਂ ਦੱਸਦਿਆਂ ਕਿ ਮੇਰੇ ਨਾਲ ਮੇਰੇ ਵੱਡੇ ਭਰਾ, ਵੱਡੇ ਬ੍ਰਦਰ ਮਨੋਹਰ ਲਾਲ ਨੇ, ਜਿਹੜੇ ਕਿ ਉਸ ਵੇਲੇ ਇਹਨਾਂ ਨੇ ਆਪਣੇ ਅੱਖੀਂ ਦੇਖਿਆ, ਬਚਪਨ ਸੀ ਉਸ ਵੇਲੇ, ਬਚਪਨ 'ਚ ਸਾਰਾ ਉਹ ਮਾਹੌਲ ਦੇਖਿਆ। ਅਤੇ ਇਹ ਸਮਾਣੇ ਕਾਲਜ ਤੋਂ ਪ੍ਰੋਫੈਸਰ ਰਿਟਾਇਰ ਹੋਏ ਨੇ ਇੰਗਲਿਸ਼ ਦੇ, ਕਾਫੀ ਸਾਲ ਪਹਿਲਾਂ ਉਹਨਾਂ ਨੇ ਕਿਉਂਕਿ ਅੱਖੀਂ ਦੇਖਿਆ, ਉਹਨਾਂ ਨੇ ਗੱਲਬਾਤ ਕਰਨੀ। ਉਸ ਤੋਂ ਪਹਿਲਾਂ ਮੈਂ ਦੱਸਦਾ ਕਿ ਕੰਗਨਪੁਰ ਸਾਡਾ ਪਿੰਡ ਸੀ ਉਸ ਵੇਲੇ, ਜਿਵੇਂ ਇਹਨਾਂ ਨੇ ਦੱਸਿਆ ਕਿ ਉਸ ਵੇਲੇ ਉਹ ਕੰਗਨਪੁਰ ਪਿੰਡ ਸੀ ਅਤੇ ਚੂਨੀਆਂ ਤਹਿਸੀਲ ਸੀ ਮੇਰੇ ਖਿਆਲ, ਅਤੇ ਹੁਣ ਮੇਰੇ ਖਿਆਲ ਉਹ ਕਸੂਰ ਡਿਸਟ੍ਰਿਕਟ ਬਣ ਗਿਆ ਨਵਾਂ, ਉਦੋਂ ਲਾਹੌਰ ਡਿਸਟ੍ਰਿਕਟ ਸੀ, ਉਹ ਲਾਹੌਰ ਜ਼ਿਲ੍ਹੇ ਸੀ, ਅਤੇ ਹੁਣ ਕਸੂਰ ਜ਼ਿਲ੍ਹਾ, ਕਸੂਰ ਜ਼ਿਲ੍ਹੇ ਦੇ ਵਿੱਚ ਹੈਗਾ ਉਹ ਕੰਗਨਪੁਰ ਪਿੰਡ, ਵੱਡਾ ਪਿੰਡ ਸੀ। ਮੈਂ
पाकिस्तान कई बार गया पर कोशिशों के बावजूद भी सबब नहीं बन सकया, पिंड अपने नहीं जा सकया। तो मैं जिहड़े मेरे वड्डे भरा ने उन्हां तों सुन दी जानन दी कोशिश करांगे उदों किहो जिहा माहौल सी ते अज तों 75 साल पहलां उन्हां दी हड बीती किहो जी सी। बहुत लंबा समा बीत गया, वैसे पता नहीं हुण किन्नियां क यादां हैगियां ने उत्थों दीआं। किन्ने साल दे सी तुसीं उस वेले? मैं उदो 7 साल दा सी। मेरा 12 अक्टूबर 1940 का बर्थ है। अच्छा। ते पौने 7 साल का उदो हैगा सी। ते मैनू थोड़ा जिहा धुंधला सारा कुछ याद है। अच्छा। पूरी तरह क्लीयर तो नहीं इन्नी देर रह सकता। मैनू जित्थों तक याद है कंगनपुर एक कस्बा सी ते उत्थे एक पूरा बाजार भी सी। कस्बे दे विच एक कोने ते अपनी दादा जी दी दुकान सी करियाने दी। अच्छा। सब्जियां भी उत्थे रखियां होईयां सी। अच्छा। ते कोने दे नाल गली दे विच गली दे नाल ही बैक साइड ते घर सी, पहले घर अपना सीगा। किड्डा कु वड्डा घर सी, किहो जिहा घर सी? घर काफी वड्डा सी, उहदे विच एक खुला विहड़ा सी, काफ़ी वड्डा सारा। ते मेरे जिहड़े बीबी जी मां ते पिता जी उपर उन्होंने एक कमरा पाया होया सी, उपर उपरले कमरे च असीं रहिंदे सी। ते एक सिस्टर दा जन्म होया सी उत्थे ही, पर ओदी डैथ हो गई सी, ओदा नाम राज सीगा। ते उस तो बाद ये नहीं मैनूं पता भी क्यों ऐसा होया। ते फादर ने एक होर घर बना लिया। अच्छा। ते जिहड़ा घर बनाया वो थोड़ी जी दूर सी, गलियां जां लंघ के, वो मैनूं थोड़ी थोड़ी जी याद है। अच्छा। भी किवें गलियां दे मोड़ भी याद ने। ते वो घर जिहड़ा सी वो भी काफ़ी खुला सी, उत्थे असीं रहिंदे सी। ते इस तों इलावा कंगनपुर दी जिहड़ी लोकेशन सी ना वो एक घाटी ते बनिया होया सी। अच्छा, घाटी ते सीगा? हाँ, घाटी। घाटी दे थले जाके एक छप्पड़ सी, छप्पड़ दे किनारे एक बोर्ड सी बहुत वड्डा। अच्छा। होर भी उत्थे पेड़ सीगे, ते ओ छप्पड़ ते बोर्ड ओनू शाह सवार कहिंदे सी उस एरिए नूं। अच्छा। ओ मैनूं याद है। ਉੱਥੇ ਖੇਡਦੇ ਹੁੰਦੇ ਸੀ। ਅਤੇ ਜਦੋਂ ਇੱਥੇ ਸ਼ਿਫਟ ਕੀਤਾ ਰਾਮਪੁਰੇ ਪਿੰਡ, ਉੱਥੇ ਜਿਹੜਾ ਛੱਪੜ ਸੀ ਨਾ ਅਤੇ ਬੋਰਡ ਉੱਥੇ ਦਰਖਤ ਸੀਗੇ, ਉੱਥੇ ਜਾ ਕੇ ਆਪਾਂ ਖੇਡਦੇ ਹੁੰਦੇ ਸੀ। ਅਤੇ ਉਹ ਮੈਨੂੰ ਉਸ ਤੋਂ ਫਿਰ ਯਾਦ ਆ ਗਿਆ ਸਾਰਾ। ਅੱਛਾ, ਉਹ ਤੋਂ ਯਾਦ ਆ ਗਿਆ। ਹਾਂ, ਬਿਲਕੁਲ ਉਸੇ ਤਰ੍ਹਾਂ ਹੀ ਸੀ, ਪਰ ਇਹ ਨੀਵੀਂ ਜਗ੍ਹਾ ਸੀਗੀ ਬਹੁਤ ਜ਼ਿਆਦਾ। ਅੱਛਾ। ਹਾਂ, ਅਤੇ ਉਸ ਤੋਂ ਅੱਗੇ ਉੱਥੋਂ ਦੀ ਅੱਗੇ ਰਸਤਾ ਜਾਂਦਾ ਸੀ ਮੰਡੀ ਕੰਗਨਪੁਰ ਨੂੰ। ਲਗਭਗ 2 ਕਿਲੋਮੀਟਰ ਹੋਣੀ ਉੱਥੋਂ, ਉੱਥੇ ਫਾਦਰ ਦੀ ਦੁਕਾਨ ਸੀ ਅਤੇ ਉਹਨਾਂ ਦੀ ਰੰਗਾਂ ਦੀ ਦੁਕਾਨ ਜਾਂ ਕੋਈ ਇਸ ਤਰ੍ਹਾਂ ਦੀ ਦੁਕਾਨ ਸੀ। ਅੱਛਾ। ਅਤੇ ਪੈਦਲ ਹੀ ਜਾਂਦੇ ਸੀ ਅਤੇ ਪੈਦਲ ਹੀ ਮੁੜ ਆਉਂਦੇ ਸੀ, ਕਿਉਂਕਿ ਬਹੁਤੀ ਉਹ ਤਾਂ ਸਾਰਾ ਸਾਈਕਲ ਸੂਕਲ ਤਾਂ ਹੁੰਦੇ ਹੀ ਨਹੀਂ ਸੀ, ਅਤੇ ਪੈਦਲ ਹੀ ਸਾਰੇ ਜਾਂਦੇ ਸੀ। ਅਤੇ ਇਹ ਤਾਂ ਹੈ ਉਹਦੀ ਲੋਕੇਸ਼ਨ। ਘਰ ਦੇ ਵਿੱਚ, ਹਾਂ, ਘਰ ਦੇ ਵਿੱਚ ਦਾਦੀ ਜੀ ਰਹਿੰਦੇ ਸੀ ਅਤੇ ਨਾਲ ਜਿਹੜੇ ਚਾਚੇ ਉਹ ਵੀ ਰਹਿੰਦੇ ਸੀ। ਵੱਡੇ ਚਾਚੇ ਦਾ ਨਾਮ ਕਰਮਚੰਦ ਸੀ, ਉਸ ਤੋਂ ਛੋਟੇ ਦਾ ਚਮਨ ਲਾਲ, ਉਸ ਤੋਂ ਛੋਟੇ ਦਾ ਨਾਂ ਸੋਹਣ ਲਾਲ, ਉਹਨੂੰ ਘਰ ਡਿਪਟੀ ਕਹਿੰਦੇ ਸੀ। ਅਤੇ ਡਿਪਟੀ ਅਤੇ ਮੇਰੀ ਏਜ ਦਾ 3 ਕੁ ਸਾਲ ਦਾ ਫਰਕ ਸੀ। ਅਤੇ ਉਸ ਤੋਂ ਬਾਅਦ ਜਦੋਂ ਘਰ ਸ਼ਿਫਟ ਕਰ ਲਿਆ ਉੱਥੇ ਫਿਰ ਇਹਦਾ ਜਸ਼ਪਾਲ ਦਾ ਜਨਮ ਹੋਇਆ। ਆਪਣੇ ਜਿਹੜੇ ਮੇਰੇ ਵੱਡੇ ਬ੍ਰਦਰ ਜਿਹੜੇ ਇਹਨਾਂ ਤੋਂ ਛੋਟੇ ਨੇ ਜਿਹੜੇ, ਹਾਂ, ਜਸ਼ਪਾਲ
मनोहर तो छोटे ने मेरे तो वड्डे ने जेडे कि गवर्नमेंट टी मतलब अध्यापक ने ते अध्यापक यूनियन ते ट्रेड यूनियन सरगर्म काफी ने ओदा 1946 दा बर्थ है। अच्छा 46 हां ते इस करके उन तो कोई याद नहीं है, मैनू सारा कुछ याद है। ये दसो ते 7 साल दे सी ते उदो स्कूल दाखल होए कि नहीं? स्कूल मैनू एग्जैक्टली याद नहीं जी। याद नहीं? अच्छा हां रोले ਵੱਡਾ ਕੱਟੀ ਸ਼ੁਰੂ ਹੋਈ ਤੇ ਪਿੰਡ ਦੇ ਵਿੱਚ ਉੱਥੇ ਮੁਸਲਿਮ ਵੀ ਸੀਗੇ, ਹਿੰਦੂ ਵੀ ਸੀਗੇ, ਸਿੱਖ ਵੀ ਸੀਗੇ ਤੇ ਕਈ ਫੈਮਿਲੀਜ਼ ਤਾਂ ਉੱਥੇ ਹੀ ਉਹਨਾਂ ਨੇ ਮਾਰਤੀਆਂ ਹਾਂ। ਤੇ ਸਾਡੇ ਜਿਹੜੇ ਜਾਣਕਾਰ ਸੀਗੇ ਸਾਹਮਣੇ ਵੀ ਹੋਇਆ ਕੁਛ ਦੰਗੇ ਸਾਹਮਣੇ? ਮੇਰੇ ਸਾਹਮਣੇ ਕੁਛ ਨਹੀਂ ਹੋਇਆ, ਮੈਂ ਸੁਣਿਆ ਸੀਗਾ ਵੀ ਬਹੁਤ ਸਾਰੀਆਂ ਫੈਮਿਲੀਆਂ ਨੂੰ ਉੱਥੇ ਹੀ ਭੀੜ ਨੇ ਮਾਰਤਾ ਪਿੰਡ ਜੀ ਅਤੇ ਉਹਨਾਂ ਨੂੰ ਬਾਹਰ ਨਹੀਂ ਆਉਣ ਦਿੱਤਾ। ਪਰ ਸਾਨੂੰ ਕੁਛ ਜਿਹੜੇ ਜਾਣਕਾਰ ਸੀ ਮੁਸਲਿਮ ਜਿਹੜੇ ਚੰਗੇ ਲੋਕ ਸੀ ਉਹਨਾਂ ਨੇ ਬਚਾ ਲਿਆ ਹਾਂ, ਉਹਨਾਂ ਨੇ ਸਾਡੀ ਪ੍ਰੋਟੈਕਸ਼ਨ ਕੀਤੀ। ਅਤੇ ਉਸ ਤੋਂ ਬਾਅਦ ਟ੍ਰੇਨਸ ਦੇ ਵਿੱਚ ਫੌਜ ਜਿਹੜੀ ਪਹੁੰਚ ਗਈ ਬਿਠਾਇਆ ਫੌਜ ਨੇ ਤੇ ਉਹ ਟ੍ਰੇਨ ਕਸੂਰ ਫਿਰ ਪਹੁੰਚ ਗਈ। ਸਾਰਾ ਟੱਬਰ ਸੀਗਾ ਆਪਣਾ? ਉਹ ਸਾਰਾ ਟੱਬਰ ਸੀ। ਅੱਛਾ, ਸਾਡੇ ਟੱਬਰ ਦੇ ਵਿੱਚ ਆਪਣੇ ਟੱਬਰ ਦੇ ਵਿੱਚ ਕਿਸੇ ਦਾ ਨੁਕਸਾਨ ਨਹੀਂ ਹੋਇਆ, ਸਾਰੇ ਬਿਲਕੁਲ ਠੀਕ ਠਾਕ ਪਹੁੰਚ ਗਏ। ਹਾਂ, ਪਰ ਉਹ ਰਸਤੇ ਵਿੱਚ ਕਈ ਥਾਂ 'ਤੇ ਭੀੜ ਨੇ ਟਰਾਈ ਕੀਤੀ, ਤਲਵਾਰਾਂ ਲੈ ਕੇ ਅੱਗੇ ਖੜ੍ਹ ਜਾਂਦੇ ਸੀ ਅਤੇ ਫੌਜ ਨੇ ਬਚਾ ਕੀਤਾ। ਉਸ ਤੋਂ ਪਹਿਲਾਂ ਵੀ ਇੱਕ ਦੋ ਗੱਡੀਆਂ ਸੁਣਿਆ ਸੀ ਵੀ ਉਹਨਾਂ ਨੇ ਸਾਰੀਆਂ ਗੱਡੀਆਂ ਦੇ ਵਿੱਚੋਂ ਉਹ ਮੁਸਾਫਰ ਲਾ ਕੇ ਨਾ ਸਾਰੇ ਉਹਨਾਂ ਨੂੰ ਮਾਰ ਦਿੱਤਾ। ਅਤੇ ਇਸ ਤਰ੍ਹਾਂ ਹੀ ਇੱਜ਼ਤ ਲੁੱਟੀ ਧੀਆਂ ਭੈਣਾਂ ਦੀ, ਹਾਂ ਔਰਤਾਂ ਦੀ। ਅਤੇ ਇਹ ਕੁਛ ਸੁਣਿਆ ਸੀ ਅਤੇ ਜਦੋਂ ਕਸੂਰ ਉੱਥੇ ਉਤਰੇ ਉਸ ਤੋਂ ਬਾਅਦ ਫਿਰ ਇਸ ਕਰਕੇ ਉੱਥੇ ਉਤਾਰਤਾ। ਮਤਲਬ ਨਹੀਂ ਉੱਥੋਂ ਕੰਗਣਪੁਰ ਤੋਂ ਕਸੂਰ ਟ੍ਰੇਨ ਤੱਕ? ਕੰਗਣਪੁਰ ਤੋਂ ਕੰਗਣਪੁਰ ਸਟੇਸ਼ਨ ਸੀਗਾ ਰੇਲਵੇ ਨਹੀਂ, ਉਹ ਮੰਡੀ ਚੋਂ ਹਾਂ ਮੰਡੀ ਸਟੇਸ਼ਨ ਸੀ। ਅੱਛਾ, ਅਤੇ ਉੱਥੋਂ ਸਟੇਸ਼ਨ ਤੋਂ ਜਦੋਂ ਟ੍ਰੇਨ 'ਚ ਬੈਠੇ ਤਾਂ ਉੱਥੇ ਕਸੂਰ ਜਾ ਕੇ ਨਾ ਅੱਗੇ ਫਿਰ ਫੌਜ ਨੂੰ ਪਤਾ ਲੱਗ ਗਿਆ ਵੀ ਅੱਗੇ ਉਹ ਖੜ੍ਹੇ ਹੈ ਮਾਰਨ ਵਾਲੇ, ਅਤੇ ਫਿਰ ਉੱਥੇ ਟ੍ਰੇਨ ਰੋਕ ਕੇ ਅਤੇ ਉੱਥੇ ਉਤਾਰਤਾ। ਅੱਛਾ, ਅਤੇ ਆਲੇ ਦੁਆਲੇ ਫੌਜ ਦਾ ਪਹਿਰਾ ਲਾਤਾ ਕਸੂਰ? ਹਾਂ। ਅੱਛਾ, ਅਤੇ ਉਸ ਵੇਲੇ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੀ, ਮੀਂਹ ਦੇ ਵਿੱਚ ਹੀ ਅਸੀਂ ਸਾਰੇ ਉੱਥੇ ਬੈਠੇ ਰਹੇ ਬਾਹਰ ਭੇਜੇ। ਅਤੇ ਮਹੀਨਾ ਅਗਸਤ ਦਾ ਸੀ ਨਾ? ਅਗਸਤ ਦਾ ਮਹੀਨਾ, ਜੁਲਾਈ 'ਚ ਚੱਲ ਮੇਰੇ ਖਿਆਲ ਸ਼ਿਫਟ ਅਗਸਤ 'ਚ ਹੋਏ ਜਾਂ ਜੁਲਾਈ 'ਚ ਹੋਏ ਨਹੀਂ ਕੁਛ ਪਤਾ। ਹਾਂ ਨਹੀਂ, ਅਗਸਤ 'ਚ ਪਹਿਲਾਂ ਜੁਲਾਈ 'ਚ ਵੀ ਸ਼ੁਰੂ ਹੋ ਗਈ ਸੀ ਨਾ ਅਸਲ 'ਚ? ਨਹੀਂ, ਅਗਸਤ 'ਚ, ਅਗਸਤ ਦੀ ਗੱਲ ਹੈ। ਹਾਂ, ਜਦੋਂ ਪੂਰੇ ਦੰਗੇ ਚੱਲ ਰਹੇ ਸੀ ਨਾ ਉਸ ਵੇਲੇ, ਅਤੇ ਖਾਣ ਪੀਣ ਦਾ ਕੁਛ ਹੈ ਨਹੀਂ ਸੀ, ਕੋਈ ਸਮਾਨ ਤਾਂ ਲਿਆ ਨਹੀਂ ਸਕੇ ਨਾ ਪੈਸੇ ਲਿਆ ਸਕੇ, ਕੋਈ ਕੁਛ ਨਹੀਂ ਚੱਕਿਆ, ਕੁਛ ਨਹੀਂ ਚੱਕ ਸਕੇ, ਜਿਹੜੇ ਬਸ ਖਾਲੀ ਹੱਥ ਉੱਥੋਂ ਚੱਲ ਪਏ, ਕਿਉਂਕਿ ਉਹ ਤਾਂ ਇਹ ਸੀ ਨਾ ਵੀ ਜਾਨ ਬਚ ਜਾਏ ਸਾਰਿਆਂ ਦੀ, ਜਾਨ ਬਚਾਉਣ ਦੀ ਕੋਸ਼ਿਸ਼। ਹਾਂ, ਅਤੇ ਕਸੂਰ ਤੋਂ ਫਿਰ ਜਦੋਂ ਅੱਗੇ ਖਾਣ ਪੀਣ ਦਾ ਤਾਂ ਫੌਜ ਪ੍ਰੋਵਾਈਡ ਕਰਦੀ ਸੀ। ਹਾਂ, ਅਤੇ ਜਦੋਂ ਫੌਜ ਨੂੰ ਇਹ ਲੱਗਿਆ ਵੀ ਹੁਣ ਠੀਕ ਹੈ, ਸੇਫ ਹੈ, ਫਿਰ ਉਹਨਾਂ ਨੇ ਟ੍ਰੇਨ 'ਤੇ ਸਾਨੂੰ ਹੋਰ 'ਤੇ ਬਿਠਾ ਕੇ ਅਤੇ ਫਿਰੋਜ਼ਪੁਰ ਪਹੁੰਚਾ ਦਿੱਤਾ। ਅੱਛਾ, ਫਿਰੋਜ਼ਪੁਰ ਫਿਰ ਉਤਰੇ ਅਤੇ ਫਿਰੋਜ਼ਪੁਰ ਅੱਗੇ ਉਹਨਾਂ ਨੇ ਜਿਹੜੇ ਮੁਸਲਿਮ ਫੈਮਿਲੀਜ਼ ਦੇ ਘਰ ਸੀਗੇ ਉਹਦੇ ਵਿੱਚ ਉਹਨਾਂ ਨੇ ਬਿਠਾ ਦਿੱਤਾ।
ਤੇ ਮੈਨੂੰ ਇਹ ਯਾਦ ਹੈ ਵੀ ਫਿਰੋਜ਼ਪੁਰ ਇੱਕ ਬਹੁਤ ਵੱਡੀ ਹਵੇਲੀ ਸੀ, ਰਸਤੇ 'ਚ ਸਬੱਬ ਨਾਲ ਬਚਤ ਹੋਵੇ, ਮਤਲਬ ਕੋਈ ਕੋਈ ਨੁਕਸਾਨ ਨਹੀਂ, ਕਿਸੇ ਦਾ ਨੁਕਸਾਨ ਨਹੀਂ, ਆਪਣਾ ਵੀ ਹੋਰ ਗੱਡੀ 'ਚ ਜਿਹੜੇ ਹੋਰ ਸੀ ਉਹਨਾਂ ਦਾ ਵੀ ਨਹੀਂ ਹੋਇਆ, ਨਹੀਂ ਉਹ ਸਾਰੀ ਟ੍ਰੇਨ ਸੇਫ ਐਂਡ ਸਾਊਂਡ ਪਹੁੰਚੀ, ਪੂਰੀ ਤਰ੍ਹਾਂ। ਅਤੇ ਫਿਰੋਜ਼ਪੁਰ ਫਿਰ ਇੱਕ ਬਹੁਤ ਵੱਡੀ ਹਵੇਲੀ ਸੀ ਕਿਸੇ ਮੁਸਲਿਮ ਫੈਮਿਲੀ ਦੀ, ਉਹ ਬਹੁਤ ਵੱਡੀ ਹਵੇਲੀ ਦੇ ਵਿੱਚ ਜਿਹੜੇ ਕਲੋਜ਼ ਰਿਲੇਟਿਵ ਸੀ ਨਾ ਆਪਣੇ, ਉਹ ਉੱਥੇ ਹਰੇਕ ਨੇ ਆਪਦਾ ਆਪਦਾ ਇੱਕ ਮਤਲਬ ਆਕੂਪਾਈ ਕਰ ਲਿਆ ਹਿੱਸਾ। ਅਤੇ ਮੇਰੇ ਆਪਣੇ ਫਾਦਰ ਨੇ ਮਦਰ ਨੇ ਉਹਨਾਂ ਨੂੰ ਵੀ ਇੱਕ ਕਮਰਾ ਮਿਲ ਗਿਆ ਅਤੇ ਉੱਥੇ ਹੀ ਬਾਹਰ ਰੋਟੀ ਰੋਟੀ ਦਾ ਸ਼ੁਰੂ ਕਰ ਲਿਆ। ਪਰ ਉੱਥੇ ਹੁਣ ਕਿਉਂਕਿ ਰਿਫਿਊਜੀ ਉੱਥੇ ਬਹੁਤ ਆ ਗਏ, ਮਾਈਗ੍ਰੇਟਰ ਫੈਮਿਲੀਜ਼ ਬਹੁਤ ਆ ਗਈਆਂ, ਕੰਮ ਕਾਰ ਉੱਥੇ ਹੈ ਨਹੀਂ ਸੀ ਕੋਈ, ਕਮਾਈ ਦਾ ਸਾਧਨ ਨਹੀਂ ਸੀ, ਅਤੇ ਸਾਰੇ ਫਿਰ ਸੋਚਣ ਲੱਗੇ ਵੀ ਕਮਾਈ ਜਿੱਥੇ ਹੋ ਸਕੇ, ਕੋਈ ਰੁਜ਼ਗਾਰ ਮਿਲ ਸਕੇ ਉੱਥੇ, ਸਾਰੇ ਫਿਰ ਕਿਸੇ ਨੂੰ ਕੋਈ ਕਿਤੇ ਚਲਾ ਗਿਆ ਕਿਤੇ ਚਲਾ ਗਿਆ, ਕਈ ਉੱਥੇ ਹੀ ਰਹੇ। ਅਤੇ ਫਿਰ ਆਪਣੇ ਫਾਦਰ ਨੇ ਸੋਚਿਆ ਸਹਾਰਨਪੁਰ ਕਿਸੇ ਨੇ ਦੱਸਿਆ ਵੀ ਉੱਥੇ ਕੰਮ ਕਾਰ ਹੈਗਾ, ਰੁਜ਼ਗਾਰ ਮਿਲ ਸਕਦਾ। ਅਤੇ ਉੱਥੇ ਜਦੋਂ ਗਏ ਉੱਥੇ ਰਿਫਿਊਜੀ ਕੈਂਪ ਦੇ ਵਿੱਚ ਪਹਿਲਾਂ ਤਾਂ, ਅਤੇ ਉਦੋਂ ਤਾਂ ਦੋ ਹੀ ਸੀਗੇ ਨਾ ਤੁਸੀਂ ਅਤੇ? ਹਾਂ ਮੈਂ ਅਤੇ ਜਸ਼, ਮਤਲਬ ਫੈਮਿਲੀ 'ਚ ਆਪਣੀ ਚਾਰ ਜਾਣੀ ਸੀ। ਹਾਂ ਆਹੋ, ਤੁਹਾਡਾ ਬਰਥ ਬਾਅਦ 'ਚ ਆਇਆ ਨਾ, ਮੇਰਾ 53 ਦਾ ਬਰਥ। ਹਾਂ, ਅਤੇ ਉੱਥੇ ਸਹਾਰਨਪੁਰ ਇੱਕ ਬਹੁਤ ਵੱਡੀ ਹਵੇਲੀ ਸੀ, ਉੱਥੇ ਹੀ ਪਤਨੀ ਸਰਾਂ ਸੀ ਸ਼ਹਿਰ ਦੇ, ਸਰਾਂ ਦੇ ਇੱਕ ਬਰਾਂਡੇ ਦੇ ਵਿੱਚ ਅਸੀਂ ਉੱਥੇ ਰਹਿੰਦੇ ਸੀ। ਬਹੁਤ ਲੰਬੀ ਜਿਹੜੀ ਲੌਬੀ ਸੀ, ਲੌਬੀ ਦੇ ਵਿੱਚ ਉੱਥੇ ਸੌਂਦੇ ਸੀ। ਉੱਥੇ ਕਾਨਪੁਰ ਤੋਂ ਸਹਾਰਨਪੁਰ ਕਿਵੇਂ ਗਏ, ਕੀ ਉਦੋਂ ਸਾਧਨ ਕੀ ਸੀ? ਉਹ ਟ੍ਰੇਨ ਰਾਹੀਂ ਗਏ ਹੋਣਗੇ, ਇਹ ਨਹੀਂ ਯਾਦ ਰਿਹਾ। ਉਦੋਂ ਤਾਂ ਹੋਰ ਤਾਂ ਕੋਈ ਸਾਧਨ ਹੀ ਹੈ ਨਹੀਂ ਸੀ ਉਦੋਂ। ਅਤੇ ਸਹਾਰਨਪੁਰ ਦਾ ਐਕਸਪੀਰੀਅੰਸ ਵੀ ਬੜਾ ਅਜੀਬ ਹੈ ਵੀ ਉੱਥੇ ਜਦੋਂ ਗਏ। ਥੋੜ੍ਹਾ ਸਹਾਰਨਪੁਰ ਤੋਂ ਪਹਿਲਾਂ ਮੈਂ ਫਿਰ ਪਿੰਡ 'ਚ ਕੰਗਣਪੁਰ ਚੱਲਦੇ ਹਾਂ। ਅੱਛਾ ਅੱਛਾ, ਕਿ ਉੱਥੇ ਕੀ ਮਾਹੌਲ, ਵੀ ਕੋਈ ਮੰਦਰ ਗੁਰਦੁਆਰੇ ਮਸੀਤ ਉੱਥੇ ਆਇਆ ਤੁਹਾਡੇ ਯਾਦ ਹੈ ਵੀ ਕੀ ਸੀਗਾ? ਨਹੀਂ ਇਹ ਮੈਨੂੰ ਕੁਛ ਨਹੀਂ ਯਾਦ, ਮੈਨੂੰ ਇਹ ਯਾਦ ਹੈ ਵੀ ਜਿਹੜਾ ਪੁਰਾਣਾ ਘਰ ਸੀ ਆਪਣਾ, ਜਿਹਦੇ 'ਚ ਦਾਦੀ ਦਾਦਾ ਬੇਬੇ ਉਹਨੂੰ ਕਹਿੰਦੇ ਹੁੰਦੇ ਸੀ ਉਹ ਰਹਿੰਦੇ ਸੀ, ਅਤੇ ਉਸ ਤੋਂ ਕਾਫੀ ਦੂਰ ਸੀ ਅਤੇ ਟੇਢੀਆਂ ਮੇਢੀਆਂ ਗਲੀਆਂ ਦੇ ਵਿੱਚੋਂ ਲੰਘ ਕੇ ਜਾਂਦਾ ਸੀ, ਮੈਨੂੰ ਸਾਰੀਆਂ ਯਾਦ ਹੈ। ਹਾਂ, ਰਸਤੇ 'ਚ ਇੱਕ ਡਿਊਟੀ ਵੀ ਆਉਂਦੀ ਸੀ, ਉਹਦੇ 'ਚ ਲੰਘ ਕੇ ਜਾਈਦਾ ਸੀ। ਅਤੇ ਬਾਕੀ ਘਰ ਥੋੜ੍ਹਾ ਜਿਹਾ ਯਾਦ ਹੈ ਵੀ ਕਿਸ ਟਾਈਪ ਦਾ ਸੀ, ਕੱਚੇ ਘਰ ਹੁੰਦੇ ਸੀ ਉਦੋਂ, ਇਹ ਸ਼ਾਇਦ ਪੱਕਾ ਘਰ ਸੀ ਜਿਹੜਾ ਆਪਣੇ ਜੱਦੀ ਘਰ ਸੀ ਇੱਥੇ। ਅੱਛਾ, ਅਤੇ ਦੁਕਾਨ ਵੀ ਕਾਫੀ ਵੱਡੀ ਸੀ, ਬਹੁਤ ਚੱਲਦੀ ਸੀ। ਪਰ ਮੈਨੂੰ, ਮੈਂ ਜਦੋਂ ਪਾਕਿਸਤਾਨ, ਇੱਕ ਪ੍ਰੋਫੈਸਰ ਹੈਗਾ ਉੱਥੋਂ ਦਾ ਜਿਹੜਾ ਕੰਗਣਪੁਰ ਦਾ, ਉਹ ਮੈਨੂੰ ਬੜੀ ਵਾਰੀ ਕੋਸ਼ਿਸ਼ ਵੀ ਕੀਤੀ ਲਿਜਾਣ ਦੀ, ਉਹਨੇ ਕਹਾਣੀ ਵੀ ਸੁਣਾਈ ਸੀ। ਉਹਨੂੰ ਮੈਂ ਜਦੋਂ ਲੋਕੇਸ਼ਨ ਦੱਸੀ ਸੀ, ਨਾਂ ਦੱਸਿਆ ਸੀ ਆਪਣੇ ਆਪਣੇ ਦਾਦਾ ਜੀ ਦਾ, ਕੇਸਰ ਚੰਦ, ਅਤੇ ਉਹਨੇ ਉਹਨੂੰ ਜਦੋਂ ਮੈਂ, ਅਤੇ ਉਹਨੇ ਮੈਨੂੰ ਕਿਹਾ ਸੀ ਵੀ ਹਾਂ ਉਹ ਹਵੇਲੀ ਹੈਗੀ ਆ ਅਜੇ ਵੀ, ਅਤੇ ਉਹਨੇ ਪੁੱਛ ਪੁੱਛ ਕੇ ਨਾ ਆਪਣੇ ਬਜ਼ੁਰਗਾਂ ਨੂੰ ਦੱਸਿਆ ਵੀ ਹਾਂ ਤੁਹਾਡੀ ਹਵੇਲੀ ਉੱਥੇ ਹੈਗੀ ਆ ਅਜੇ ਵੀ, ਉੱਥੇ ਹੋਰ ਫੈਮਿਲੀ ਰਹਿੰਦੀਆਂ ਨੇ। ਮੇਰੇ ਕੋਲ ਪਸ਼ੂ ਪੁਸ਼ੂ ਵੀ ਰੱਖੇ ਹੋਏ ਸੀ ਆਪਣੇ, ਪਸ਼ੂ ਮੈਨੂੰ ਯਾਦ ਨਹੀਂ, ਹੋ ਸਕਦਾ ਰੱਖੇ ਹੋਣ। ਅਤੇ ਉਹਨੇ ਮੈਨੂੰ ਦੱਸਿਆ ਸੀ, ਉਹਨੇ ਕੰਗਣਪੁਰ ਦੀ ਕਹਾਣੀ ਵੀ ਸੁਣਾਈ ਸੀ, ਉਹ ਰਿਕਾਰਡ ਕੀਤੀ ਹੋਈ ਹੈ, ਅਤੇ ਉਹਨੇ ਕਿਹਾ ਸੀ ਵੀ ਤੁਹਾਡੀ ਉਹ ਪੁੱਛ ਕੇ ਆਇਆ ਸੀ ਉਹਨੇ ਆਪਣੇ, ਅਤੇ ਉਹਨੇ ਕਿਹਾ ਵੀ ਹਾਂ ਉਹ ਹੈਗੀ ਹੈ, ਅਤੇ ਅਜੇ ਕੁਛ ਲੋਕਾਂ ਨੂੰ ਯਾਦ ਵੀ ਹੈਗਾ ਉਹ ਵੀ ਪਰਿਵਾਰ ਸੀ ਇੱਦਾਂ ਦਾ। ਅਤੇ ਜਿਹੜੇ ਤੁਸੀਂ ਉਦੋਂ ਖੇਡਦੇ ਸੀ ਬਚਪਨ 'ਚ, ਮੈਂ ਇੱਕ ਵਾਰੀ ਫਿਰ ਦੱਸ ਦਿਆਂ ਕਿ 7 ਉਮਰ ਸੀ ਅਤੇ ਮੇਰੇ ਵੱਡੇ ਭਰਾ ਦੀ, ਇਹਨਾਂ ਦਾ ਜਨਮ ਉੱਥੇ ਹੋਇਆ ਕੰਗਣਪੁਰ ਜਿਹੜਾ ਕੁੱਲ ਪਾਕਿਸਤਾਨ 'ਚ ਹੈ। 7 ਦੀ ਉਮਰ ਸੀ ਜਦੋਂ ਵੰਡ ਹੋਈ ਅਤੇ ਸਾਰੇ ਪਰਿਵਾਰ ਨੂੰ ਇੱਧਰ ਆਉਣਾ ਪਿਆ, ਅਤੇ ਉਸ ਵੇਲੇ ਦੀ ਆਪਣੇ ਜਿਹੜੇ ਤਜਰਬੇ ਸਾਂਝੇ ਕਰ ਰਹੇ ਨੇ ਉੱਥੇ, ਮਤਲਬ ਜਦੋਂ ਖੇਡਦੇ ਸੀ ਤੁਸੀਂ ਬੱਚਿਆਂ, ਮਤਲਬ ਕਿਹੋ ਜਿਹੀਆਂ ਖੇਡਾਂ ਸੀ ਉਸ ਵੇਲੇ, ਕੋਈ ਯਾਦ ਹੈ ਜਾਂ ਬਚਪਨ ਜਿਹੜੇ ਮੁਸਲਮਾਨਾਂ ਦੇ ਬੱਚੇ ਵੀ ਹੋਣੇ ਉੱਥੇ ਜਾਂ ਹੋਰਾਂ ਦੀ? ਹਾਂ ਨਹੀਂ, ਇਹ ਨਹੀਂ ਯਾਦ। ਅੱਛਾ, ਇੱਕ ਬੜੀ ਇੰਟਰਸਟਿੰਗ ਗੱਲ ਯਾਦ ਹੈ ਵੀ ਜਿਹੜੇ ਆਪਣੇ ਫਾਦਰ ਸੀ ਉਹਨਾਂ ਦਾ ਨਾਂ ਪਹਿਲਾਂ
ਗੁਰਚਰਨ ਸਿੰਘ ਰੱਖਿਆ ਹੋਇਆ ਸੀ। ਗੁਰਚਰਨ ਸਿੰਘ ਹਾਂ ਆਪਣੇ ਬਾਬਾ ਉਦੋਂ ਰਿਵਾਜ ਸੀ ਵੀ ਫੈਮਿਲੀ ਦੇ ਵਿੱਚ ਇੱਕ ਨੂੰ ਸਿੱਖ ਬਣਾਉਂਦੇ ਸੀ ਬਾਕੀ ਆਮ ਤੌਰ ਤੇ ਵੱਡੇ ਨੂੰ ਹਾਂ ਵੱਡੇ ਨੂੰ ਤੇ ਗੁਰਚਰਨ ਸਿੰਘ ਉਹਨਾਂ ਦਾ ਨਾਂ ਸੀ ਤੇ ਉਹ ਜਦੋਂ ਇਸ ਬੇਬੇ ਦੱਸਦੀ ਹੁੰਦੀ ਸੀ ਵੀ ਖੇਡਦੇ ਖੇਡਦੇ ਬੱਚਿਆਂ ਨੇ ਇੱਕ ਵਾਰੀ ਉਹਨਾਂ ਨੂੰ ਵਾਲਾਂ ਤੋਂ ਫੜ ਲਿਆ। ਅੱਛਾ ਵਾਲ ਰੱਖੇ ਹੋਏ ਤੇ ਵਾਲਾਂ ਤੋਂ ਫੜ ਕੇ ਉਹਨਾਂ ਨੇ ਕੁੱਟਿਆ ਬਹੁਤ। ਅੱਛਾ ਤੇ ਉਹਨਾਂ ਨੂੰ ਫਿਰ ਮਹਿਸੂਸ ਹੋਇਆ ਵੀ ਇਹ ਤਾਂ ਫਿਰ ਰੋਜ਼ ਹੀ ਇਸ ਤਰ੍ਹਾਂ ਕੁੱਟ ਪਿਆ ਵਾਲ ਫੜ ਲਿਆ ਕਰਨਗੇ ਤੇ ਚੰਗਾ ਇਹ ਵੀ ਵਾਲ ਕਟਾ ਦਿਓ। ਅੱਛਾ ਤੇ ਵਾਲ ਕਟਾਤੇ ਉਸ ਤੋਂ ਬਾਅਦ ਉਹਨਾਂ ਦਾ ਨਾਮ ਚਰਨਦਾਸ ਪੈ ਗਿਆ। ਅੱਛਾ ਮੈਨੂੰ ਤਾਂ ਇਹ ਅੱਜ ਪਤਾ ਲੱਗੀ। ਅੱਛਾ ਇਹ ਗੱਲ ਮੈਨੂੰ ਅੱਜ ਪਤਾ ਲੱਗੀ ਹੈ ਕਿ ਮੇਰੇ ਪਿਤਾ ਜੀ ਦਾ ਨਾਂ ਗੁਰਚਰਨ ਸਿੰਘ ਸੀ ਤੇ ਕੇਸ ਰੱਖੇ ਸੀ ਉਹਨਾਂ ਦੇ ਤੇ ਹੁਣ ਤੱਕ ਤਾਂ ਚਰਨਦਾਸ ਹੀ ਲਿਖਦੇ ਰਹੇ ਅਸੀਂ ਤਾਂ। ਤੇ ਮੈਨੂੰ ਵੈਸੇ ਇੱਕ ਦਿਨ ਤ੍ਰਿਪਤਾ ਦੱਸ ਰਹੀ ਸੀ ਵੀ ਇੱਕ ਵਾਰੀ ਦੱਸਿਆ ਸੀ ਉਹਨਾਂ ਨੂੰ ਪਰ ਮੈਨੂੰ ਇਹ ਅੱਜ ਤੁਹਾਡੇ ਮੂੰਹ ਅੱਜ ਸੁਣੀ ਹੈ ਇਹ ਗੱਲ। ਅੱਛਾ ਇਹ ਗੱਲ ਬੇਬੇ ਦੱਸਦੀ ਹੁੰਦੀ ਸੀ ਨਾ। ਅੱਛਾ ਬੇਬੇ ਨੇ ਦੱਸੀ ਦਾਦੀ ਨੇ ਦਾਦੀ ਨੇ ਦਾਦੀ ਤੇ ਦਾਦੇ ਮੈਨੂੰ ਵੀ ਯਾਦ ਹੈ ਫਿਰੋਜ਼ਪੁਰ ਜਦੋਂ ਰਹਿੰਦੇ ਸੀ ਨਾ ਮੇਰੇ ਖਿਆਲ ਉਦੋਂ ਦਾਦੀ ਜਿਉਂਦੀ ਸੀ ਦਾਦਾ ਵੀ ਜਿਉਂਦਾ ਸੀ ਜਦੋਂ ਛੋਟੇ ਹੁੰਦੇ ਦੇਖਿਆ ਮੈਨੂੰ ਝੋਲਾ ਹੈਗਾ ਬਹੁਤ ਛੋਟੇ ਸੀ ਉਹ ਸੈਪਰੇਟ ਉਹਨਾਂ ਨੂੰ ਕਮਰੇ ਚ ਰਹਿੰਦੇ ਸੀ ਉੱਥੇ ਰਹਿੰਦੇ ਸੀ ਫਿਰੋਜ਼ਪੁਰ ਜਿਹੜਾ ਉਹ ਘਰ ਲੂਣ ਮੰਡੀ ਵਾਲਾ ਸੀ ਮੇਰੇ ਕੋਲ ਉਹਦੇ ਚ ਹੀ ਰਹਿੰਦੇ ਸੀ ਹਨਾ ਫਿਰੋਜ਼ਪੁਰ ਲੂਣ ਮੰਡੀ ਵਾਲੇ ਘਰ ਸੀਗੇ। ਦਾਦੇ ਦੇ ਪਿਤਾ ਦਾ ਨਾਂ ਯਾਦ ਕੀ ਸੀ? ਉਹ ਨੀ ਮੈਨੂੰ ਯਾਦ ਤੇ। ਅੱਛਾ ਤੁਸੀਂ ਉਹ ਮੈਂ ਪੁੱਛ ਰਿਹਾ ਸੀ ਵੀ ਉੱਥੇ ਖੇਡਦੇ ਖੇਡਣ ਦਾ ਮੈਨੂੰ ਯਾਦ ਨਹੀਂ ਵੀ ਕਿਹੋ ਜਿਹਾ ਖੇਡਾਂ ਜਾਂ ਕੀ ਮਾਹੌਲ ਸੀ ਉੱਥੇ ਜਾਂ ਉਹ ਕੋਈ ਬੜੇ ਖੇਡਣ ਦਾ ਨਹੀਂ। ਅੱਛਾ ਖਾਣ ਪੀਣ ਦਾ ਕੋਈ ਯਾਦ ਹੋਵੇ ਉਸ ਵੇਲੇ ਬਚਪਨ ਦਾ? ਨਹੀਂ ਇਹ ਨਹੀਂ ਯਾਦ। ਬਾਕੀ ਜਦੋਂ ਉੱਥੇ ਰਾਮਪੁਰੇ ਪਿੰਡ ਰਹਿਣ ਲੱਗੇ ਆ ਤੇ ਖੇਡਾਂ ਤਕਰੀਬਨ ਉਹੀ ਉੱਥੇ ਹੋਣਗੀਆਂ, ਕੌਡੀਆਂ ਖੇਡਣੀਆਂ, ਬੰਟੇ ਖੇਡਣੇ, ਇੱਕ ਪੌਣਾ ਲੈ ਕੇ ਉਹਨੂੰ ਰੋੜਨਾ। ਤੇ ਉਹ ਅੱਛਾ ਉਸ ਤੋਂ ਬਾਅਦ ਆ ਕੇ ਫਿਰ ਸਹਾਰਨਪੁਰ ਦੀ ਗੱਲ ਦੱਸ ਰਹੀ ਸੀ। ਸਹਾਰਨਪੁਰ ਤੋਂ ਸਹਾਰਨਪੁਰ ਗਏ? ਹਾਂ ਸਹਾਰਨਪੁਰ ਫਿਰ ਜਦੋਂ ਉੱਥੇ ਇੱਕ ਲੋਬੀ ਦੇ ਵਿੱਚ ਰਾਤ ਨੂੰ ਸੌ ਜਾਂਦੇ ਉੱਥੇ ਸਾਰਾ ਦਿਨ ਬੀਤਦਾ ਸੀਗਾ ਤੇ ਆਪਣੇ ਫਾਦਰ ਨੂੰ ਆਪਾਂ ਪਾਪਾ ਜੀ ਕਹਿੰਦੇ ਸੀ ਨਾ ਤੇ ਪਾਪਾ ਜੀ ਨੂੰ ਹੁਣ ਰੁਜ਼ਗਾਰ ਚਾਹੀਦਾ ਸੀ ਤੇ ਰੁਜ਼ਗਾਰ ਉੱਥੇ ਹੁਣ ਕੋਈ ਸੈਟਲ ਤਾਂ ਹੋ ਨਹੀਂ ਸਕਦੇ ਸੀ, ਪੈਸਾ ਕੋਈ ਹੈ ਨਹੀਂ ਸੀ ਤੇ ਉਹ ਕੀ ਕਰਦੇ ਜਿੰਨੇ ਕੁ ਪੈਸੇ ਹੁੰਦੇ ਜੇਬ 'ਚ ਉਹਦੀ ਦੇਸੀ ਖੰਡ ਬੂਰਾ ਉਹ ਪਹਿਲਾਂ ਖਰੀਦ ਲੈਂਦੇ ਥੋਕ 'ਚ ਕਿਸੇ ਤੋਂ ਅਤੇ ਉਹ ਇੱਕ ਚਾਦਰ ਲੈ ਕੇ ਚਾਦਰ ਵਿਛਾ ਕੇ ਇੱਕ ਫਿਰ ਗਲੀ 'ਚ ਨਾ ਸੜਕ 'ਤੇ ਬੈਠ ਜਾਂਦੇ ਬਾਜ਼ਾਰ ਦੇ ਵਿੱਚ ਅਤੇ ਉਹ ਫਿਰ ਵੇਚਦੇ ਸੀ। ਹਾਂ ਅਤੇ ਕਈ ਵਾਰੀ ਅਚਾਨਕ ਹੁੰਦਾ ਵੀ ਦੰਗੇ ਉੱਥੇ ਫਿਰ ਹੋ ਜਾਂਦੇ ਕਿਉਂਕਿ ਸਹਾਰਨਪੁਰ ਮੁਸਲਿਮ ਫੈਮਿਲੀਜ਼ ਬਹੁਤ ਸੀਗੀ। ਅੱਛਾ ਹਾਂ ਅਤੇ ਅਚਾਨਕ ਫਿਰ ਭੱਜਦੜ ਮੱਚ ਜਾਂਦੀ ਅਤੇ ਫਿਰ ਦੰਗੇ ਸ਼ੁਰੂ ਹੋ ਜਾਂਦੇ ਫਿਰ ਉਹ ਉਵੇਂ ਕਈ ਵਾਰੀ ਛੱਡ ਕੇ ਵੀ ਆਉਣੀ ਪਈ ਉਹ ਚਾਦਰ ਅਤੇ ਬੂਰਾ ਖੰਡ ਕਈ ਵਾਰੀ ਚੱਕ ਕੇ ਇਕੱਠੀ ਕਰਕੇ ਆ ਵੀ ਜਾਂਦੇ ਸੀ ਲੈ ਕੇ ਮਤਲਬ ਉੱਥੋਂ ਆਏ ਦੰਗਿਆਂ ਜੋ ਫਿਰ ਇੱਥੇ ਅੱਗੇ ਅੱਗੇ ਫਿਰ ਹਾਂ ਉੱਥੇ ਫਿਰ ਦੰਗੇ ਹੋ ਜਾਂਦੇ ਸੀ। ਅੱਛਾ ਤੇ ਖਾਣ ਨੂੰ ਦੋਨੇ ਡੰਗ ਦੀ ਰੋਟੀ ਤਾਂ ਬਹੁਤ ਮੁਸ਼ਕਿਲ ਮਿਲਦੀ ਸੀ ਬੜੀ ਕਿਉਂਕਿ ਉਹਦੇ ਨਾਲ ਕਿੰਨੀ ਕਮਾਈ ਹੋ ਸਕਦੀ ਹੈ ਬੂਰਾ ਖੰਡ ਵੇਚ ਕੇ। ਉੱਥੇ ਰਹਿੰਦੇ ਕਿੱਥੇ ਸੀ ਸਹਾਰਨਪੁਰ ਘਰ ਬਰ ਕਿੱਥੇ ਸੀ? ਇੱਕ ਦੱਸਿਆ ਨਾ ਇੱਕ ਸਰਾਂ ਜਾਂ ਹਵੇਲੀ ਸੀ ਬਹੁਤ ਵੱਡੀ ਅਤੇ ਉਹਦੇ ਲੋਬੀ ਦੇ ਵਿੱਚ ਬਰਾਂਡੇ 'ਚ ਉਵੇਂ ਸੌ ਜਾਂਦੇ ਸੀ। ਠੀਕ ਹੈ ਅਤੇ ਕਿਉਂਕਿ ਉੱਥੇ ਨੇੜੇ ਇੱਕ ਮੂੰਗਫਲੀਆਂ ਦਾ ਸਟੋਰ ਸੀ। ਪਰ ਇਸ ਸਾਰੇ ਦੌਰ 'ਚ ਕੋਈ ਸਰਕਾਰ ਨੇ ਜਾਂ ਕੁਛ ਜਿਹੜੇ ਕੋਈ ਜਿਹੜੇ ਅਫਸਰ ਸੀ ਜਾਂ ਹੋਰ ਕੋਈ ਕਿਸੇ ਉਹਨਾਂ ਨੇ ਕੋਈ ਮਦਦ ਕੀਤੀ ਹੋਵੇ ਕਿਸੇ ਨੇ? ਇਹ ਮੈਨੂੰ ਯਾਦ ਨਹੀਂ ਹੈ। ਅਤੇ ਉੱਥੇ ਜਿਹੜੀ ਹਵੇਲੀ ਸੀ ਨਾ ਜਿੱਥੇ ਬਰਾਂਡੇ ਸੌਂਦੇ ਸੀ ਉਹਦੇ ਨੇੜੇ ਹੀ ਇੱਕ ਸਟੋਰ ਸੀ ਮੂੰਗਫਲੀ ਦਾ। ਅੱਛਾ ਅਤੇ ਹੁਣ ਸਾਨੂੰ ਖਾਣ ਨੂੰ ਤਾਂ ਮਿਲਦਾ ਨਹੀਂ ਸੀ ਪੂਰਾ, ਉਹ ਅਸੀਂ ਕੀ ਕਰਦੇ ਉਹਦੇ ਜਿਹੜਾ ਸਟੋਰ ਸੀ ਨਾ ਉਹਦੇ ਦਰਵਾਜ਼ੇ ਦੇ ਵਿੱਚ ਗੈਪਸ ਜਿਹੜੇ ਹੁੰਦੇ ਸੀ ਉਹ 'ਚ ਮੂੰਗਫਲੀ ਘਿਰਦੀ ਸੀ ਡਿੱਗਦੀ ਸੀ ਅਤੇ ਉਹ ਫਿਰ ਅਸੀਂ ਹਾਂ
ਉਹ ਜਿਹੜੀ ਬਾਹਰ ਡਿੱਗੀ ਉਹ ਵੀ ਖਾ ਲੈਂਦੇ ਸੀ ਤੇ ਉਹਦੇ ਵਿੱਚੋਂ ਕੱਢ ਕੱਢ ਕੇ ਕਿਵੇਂ ਡੱਕੇ ਮਾਰ ਤੀਲੇ ਮਾਰ ਕੇ ਤੇ ਉਹ ਕੱਢ ਕੇ ਖਾਂਦੇ ਸੀ ਫਿਰ ਸਾਡੀ ਭੁੱਖ ਲੱਗੀ ਹੁੰਦੀ ਸੀ ਤੇ ਇਸ ਤਰ੍ਹਾਂ ਦੀ ਲਾਈਫ ਉਦੋਂ ਤੇ ਕਿੰਨਾ ਚਿਰ ਉੱਥੇ ਇੱਕ ਹੋਰ ਵਿੱਚ ਵੀ ਉਹ ਸੀਗਾ ਵੀ ਜਿਹੜੀਆਂ ਉੱਧਰ ਜਿਹੜੇ ਜਿਹੜੇ ਛੱਡ ਕੇ ਪ੍ਰੋਪਰਟੀ ਉਹਦੇ ਬਦਲੇ ਜਗ੍ਹਾ ਜਾਂ ਜ਼ਮੀਨ ਜਾਂ ਘਰ ਮਿਲੇ ਸੀਗੇ ਘਰ ਤਾਂ ਤੁਸੀਂ ਦਾਤਾ ਫਿਰੋਜ਼ਪੁਰ ਦਾ ਘਰ ਮਿਲਿਆ ਸੀਗਾ ਨਹੀਂ ਉਹ ਮਿਲਿਆ ਨਹੀਂ ਸੀ ਅਲੋਟ ਨਹੀਂ ਸੀ ਹੋਇਆ ਅੱਛਾ ਵੈਸੇ ਆ ਕੇ ਬੈਠ ਗਏ ਵੈਸੇ ਆ ਕੇ ਬੈਠ ਗਏ ਖਾਲੀ ਬੈਠ ਜਿਹੜਾ ਖਾਲੀ ਸੀ ਉੱਥੇ ਉਹ ਆਕੂਪਾਈ ਕਰ ਲਿਆ ਕਿ ਪਰ ਜਿਹੜੇ ਕਈ ਕਹਿੰਦੇ ਸੀ ਅਲੋਟ ਹੋਏ ਘਰ ਉਹ ਅਲੋਟਮੈਂਟ ਤਾਂ ਬਾਅਦ 'ਚ ਹੋਈ ਨਾ ਅੱਛਾ ਉਹ ਬਾਅਦ 'ਚ ਹੋਈਆਂ ਉਹ ਤਾਂ ਬਾਅਦ 'ਚ ਹੋਈਆਂ ਅਲੋਟਮੈਂਟ ਬਾਅਦ 'ਚ ਕਲੇਮ ਕਲੂਮ ਹੋਏ ਤੇ ਕੋਈ ਹਾਂ ਨਾਨਾ ਜੀ ਦੀ ਜ਼ਮੀਨ ਸੀ ਇੱਧਰ ਉੱਧਰ ਜ਼ਿਆਦਾ ਇੱਧਰ 20 ਕਿੱਲੇ ਸਰਸੇ ਕੋਲ ਜਿਹੜਾ ਸੰਘਾ ਪਿੰਡ ਹੈ ਤੇ ਉੱਥੇ ਮਿਲੀ ਸੀ ਉਹਨਾਂ ਨੂੰ ਅਲੋਟ ਹੋਈ ਬਾਅਦ 'ਚ ਹੋਈ ਉਹ ਤਾਂ ਬਾਅਦ 'ਚ ਹੋਈ ਅੱਛਾ ਤੇ ਉਹ ਜ਼ਮੀਨ ਉਹਨਾਂ ਨੇ ਬਾਅਦ ਦੇ ਵਿੱਚ ਐਸ਼ਪ੍ਰਸਤ ਬਹੁਤ ਸੀਗੇ ਉਹਨਾਂ ਨੇ ਐਸ਼ਪ੍ਰਸਤੀ 'ਚ ਸਾਰੀ ਹੌਲੀ ਹੌਲੀ ਵੇਚਤੀ ਗੁਆਤੀ ਗਹਿਣੇ ਰੱਖਤੀ ਤੇ ਫਾਦਰ ਆਪਣੇ ਬਹੁਤ ਸਿੱਧੇ ਸਾਦੇ ਸੀਗੇ ਨਾ ਉਹ ਭੋਲੇ ਸੀਗੇ ਉਹਨਾਂ ਨੇ ਇੱਕ ਦੋ ਵਾਰੀ ਟਰਾਈ ਵੀ ਕੀਤੀ ਵੀ ਜ਼ਮੀਨ ਆ ਜਿਹੜੀ ਉਹ ਨਾ ਵੇਚਣ ਪਰ ਉਹ ਉਹਨਾਂ ਨੇ ਕੁਛ ਵੀ ਨਹੀਂ ਛੱਡਿਆ ਉਹਦੇ 'ਚੋਂ ਤੇ ਇੱਕ ਵਾਰ ਨਾਲ ਹੀ ਰਹਿੰਦੇ ਸੀ ਮਤਲਬ ਉੱਥੇ ਤੁਸੀਂ ਦੱਸਿਆ ਨਾ ਉੱਥੇ ਵੀ ਉਹ ਜਿਹੜੀ ਉਹ ਕੰਗਣਪੁਰ ਵੀ ਉੱਥੇ ਨਾਲ ਰਹਿੰਦੇ ਸੀ ਨਾਨਾ ਜੀ ਉੱਥੇ ਵੀ ਉੱਥੇ ਰਹਿੰਦੇ ਸੀ ਉੱਥੇ ਸ਼ਾਇਦ ਮੈਨੂੰ ਇਹ ਨਹੀਂ ਯਾਦ ਕਿਹਾ ਵੀ ਸ਼ਾਇਦ ਵੀ ਉਹ ਹਾਂ ਬਾਅਦ 'ਚ ਰਾਮਪੁਰੇ ਰਹਿਣ ਲੱਗੇ ਸੀ ਨਾਲ ਰਾਮਪੁਰੇ ਤਾਂ ਮੈਨੂੰ ਯਾਦ ਹੈ ਹਾਂ ਉਹਨਾਂ ਦੇ ਉਹ ਉਹਨਾਂ ਦੇ ਜਿਹੜੇ ਨਾਨਾ ਜੀ ਦਾ ਮੇਰੇ ਖਿਆਲ ਬਾਬਲਪੁਰ ਸੀ ਕਿ ਨਹੀਂ ਨਹੀਂ ਮੋਕਲ ਪਿੰਡ ਮੋਕਲ ਹਾਂ ਮੋਕਲ ਪਿੰਡ ਦੇ ਜਿਹੜੇ ਉਹ ਕਾਫੀ ਵੱਡੇ ਸਰਦਾਰ ਸੀ ਉਹਨਾਂ ਦੇ ਧੜਵਾਈ ਹੁੰਦੇ ਸੀ ਤੇ ਆਪਣੀ ਬੀਬੀ ਮਦਰ ਉਹ ਇਕੱਲੇ ਇਕੱਲੇ ਸੀਗੇ ਉਹਨਾਂ ਦਾ ਮੁੰਡਾ ਕੋਈ ਨਹੀਂ ਸੀਗਾ ਤੇ ਜ਼ਮੀਨ ਇਹਨਾਂ ਨੂੰ ਉਹ ਹੋ ਸਕਦਾ ਉਹਨਾਂ ਨੇ ਦਿੱਤੀ ਹੋਵੇ ਜਾਂ ਕਿਵੇਂ ਨਾ ਕਿਵੇਂ ਤੇ ਉਹ ਉਹਦੇ ਬਦਲੇ ਉਹਨਾਂ ਨੂੰ 20 ਕਿੱਲੇ ਇੱਥੇ ਅਲੋਟ ਹੋਇਆ ਸੀ ਪਰ ਉਹਨਾਂ ਨੇ ਉਹ ਸਾਰੀ ਹੌਲੀ ਹੌਲੀ ਵੇਚਤੀ ਹਾਂ ਖਰਚਾ ਬਹੁਤ ਕਰਦੇ ਸੀ ਪਹਿਲਾਂ ਹੋਰ ਕਿਤੇ ਰਹਿੰਦੇ ਰਹੇ ਹੋ ਸਕਦਾ ਉੱਥੇ ਹੀ ਰਹਿੰਦੇ ਹੋਣ ਸਹਾਰਨਪੁਰ ਕਿੰਨਾ ਚਿਰ ਫਿਰ ਉਦੋਂ ਬਾਅਦ ਸਹਾਰਨਪੁਰ 6 ਮਹੀਨੇ ਰਹੇ ਅੱਛਾ ਤੇ ਫਿਰ ਉੱਥੇ ਕਿਉਂਕਿ ਕੰਮ ਚੱਲਿਆ ਨਹੀਂ ਤੇ ਸੋਚਿਆ ਵੀ ਹੋਰ ਕਿਤੇ ਸ਼ਿਫਟ ਕੀਤਾ ਜਾਵੇ ਤੇ ਫਿਰ ਇਹ ਇੱਥੇ ਇਸ ਦੌਰਾਨ ਕੋਈ ਤੁਸੀਂ ਪੜ੍ਹਾਈ ਪੜ੍ਹਾਈ ਸਕੂਲ ਦਾ ਕੋਈ ਨਾ ਉਹ ਤਾਂ ਸਕੂਲ ਦਾ ਤਾਂ ਸਵਾਲ ਹੀ ਸਵਾਲ ਹੀ ਨਹੀਂ ਸੀਗਾ ਰੋਟੀ ਦੇ ਹੀ ਮਤਲਬ ਹਾਂ ਤੇ ਫਿਰ ਜਿਹੜੇ ਚਾਚੇ ਤਾਂ ਫਿਰੋਜ਼ਪੁਰ ਆ ਗਏ ਤੇ ਆਪਣੇ ਫਾਦਰ ਜਿਹੜੇ ਉਹਨਾਂ ਨੇ ਰਾਮਪੁਰੇ ਪਿੰਡ ਸੋਚਿਆ ਵੀ ਉੱਥੇ ਕੰਮ ਚੱਲ ਸਕਦਾ ਪਿੰਡ ਦੇ ਵਿੱਚ ਦੁਕਾਨ ਇੱਕ ਛੋਟੀ ਜਿਹੀ ਕਰ ਲਈ ਰਾਮਪੁਰੇ ਦਾ ਰਾਬਤਾ ਕਿਵੇਂ ਹੋਇਆ ਇਹ ਨਹੀਂ ਪਤਾ ਵੀ ਕਿਵੇਂ ਇੱਥੇ ਆਏ ਕਿਉਂ ਵੈਸੇ ਬਸ ਭਾਲਦੇ ਫਿਰਦੇ ਉੱਥੇ ਲੱਗਿਆ ਕਿਸੇ ਨੇ ਕਿਹਾ ਵੀ ਉਹ ਤੁਸੀਂ ਦੁਕਾਨ ਕਰ ਲਓ ਇੱਥੇ ਉੱਥੇ ਛੋਟੀ ਜਿਹੀ ਦੁਕਾਨ ਕਰ ਲਈ ਮੈਂ ਦੱਸਦਿਆਂ ਰਾਮਪੁਰਾ ਪਿੰਡ ਜਿੱਥੋਂ ਜਿੱਥੇ ਸਾਡੇ ਸਹਾਰਨਪੁਰ ਤੋਂ ਬਾਅਦ ਸਾਡੇ ਪਰਿਵਾਰ ਆ ਕੇ ਵੈਸੇ ਬਜ਼ੁਰਗ ਸਾਡੇ ਫਾਦਰ ਮੇਰੇ ਉਹ ਰਾਮਪੁਰਾ ਬਠਿੰਡੇ ਜ਼ਿਲ੍ਹੇ ਦਾ ਪਿੰਡ ਰਾਮਪੁਰਾ ਜਿਹੜੇ ਰਾਮਪੁਰਾ ਫੂਲ ਦੇ ਨਾਲ ਪਿੰਡ ਰਾਮਪੁਰਾ ਜਿਹੜਾ ਉੱਥੇ ਆ ਕੇ ਵੈਸੇ ਜਿੱਥੇ ਮੇਰਾ ਜਨਮ ਵੀ ਹੋਇਆ ਅੱਛਾ ਅਤੇ ਉੱਥੇ ਇੱਕ ਦੁਕਾਨ ਸ਼ੁਰੂ ਕਰ ਲਈ ਉਹ ਦੁਕਾਨ ਇੱਕ ਲਈ ਜਿਹੜੀ ਉਹ ਕਾਫੀ ਚੱਲਦੀ ਸੀ ਕਿਉਂਕਿ ਇੱਕੋ ਹੀ ਦੁਕਾਨ ਸੀ ਸਾਰੇ ਪਿੰਡ ਵਿੱਚ ਅਤੇ ਕਮਾਈ ਹੋਣ ਲੱਗੀ ਨਾਨਾ ਜੀ ਉਹਦੇ ਨਾਲ ਰਹਿਣ ਲੱਗ ਗਏ ਅਤੇ ਨਾਨਾ ਜੀ ਜਿਹੜੇ ਉਹਨਾਂ ਨੂੰ ਉਹਦਾ ਬਿਸਕਟ ਬਣਾਉਣੇ ਆਉਂਦੇ ਸੀ ਬੇਕ ਕਰਨੇ ਜਿੱਥੇ ਘਰ ਦੇ ਵਿੱਚ ਹੀ ਇੱਕ ਭੱਠੀ ਬਣਾ ਕੇ ਅਤੇ ਹਰ ਰੋਜ਼ ਉਹਨਾਂ ਨੇ ਬਿਸਕੁਟ ਤਿਆਰ ਕਰਨੇ ਬੇਕ ਕਰਕੇ ਅਤੇ ਤਾਜ਼ੇ ਫਿਰ ਇੱਕ ਛਾਬਾ ਛਾਬੜਾ ਲੈ ਕੇ ਅਤੇ ਛਾਬੜੀ ਲੈ ਕੇ ਅਤੇ
ਪਿੰਡ ਚ ਸਿਰ ਤੇ ਰੱਖ ਕੇ ਸਾਰੇ ਘੁਮਾਉਂਦੇ ਉਹਨਾਂ ਦੇ ਪੈਰ ਵੀ ਲਗੜਾਉਂਦੇ ਸੀ ਨਾ ਪੈਰ ਖਰਾਬ ਸੀ ਹਾਂ ਇੱਕ ਪੈਰ ਖਰਾਬ ਸੀ ਹਾਂ ਨਾ ਨਹੀਂ ਤੇ ਮੈਨੂੰ ਯਾਦ ਹੈ ਤੇ ਉਹ ਸ਼ਾਮ ਤੱਕ ਸਾਰੇ ਉਹ ਮੁੱਕ ਜਾਂਦੇ ਵਿਕ ਜਾਂਦੇ ਤੇ ਇਹਦੇ ਨਾਲ ਗੁਜ਼ਾਰਾ ਚੱਲਦਾ ਸੀ ਪਹਿਲਾਂ ਹੌਲੀ ਹੌਲੀ ਫਿਰ ਉਹ ਦੁਕਾਨ ਉੱਥੇ ਲੈ ਲਈ ਅਤੇ ਦੁਕਾਨ ਜਿਹੜੀ ਬਹੁਤ ਚੱਲਣ ਲੱਗ ਗਈ ਕਾਫੀ ਜ਼ਿਆਦਾ ਅਤੇ ਇੱਕ ਦੁਕਾਨ ਉੱਥੇ ਹੋਰ ਕਿਸੇ ਦੀ ਸੀ ਸ਼ਾਇਦ ਆਪਣੇ ਛੋਟੇ ਚਾਚਿਆਂ ਨੇ ਵੀ ਉੱਥੇ ਦੁਕਾਨ ਕੀਤੀ ਹਾਂ ਅਤੇ ਉਹਨਾਂ ਨੂੰ ਜੈਲਸੀ ਹੋ ਗਈ ਵੀ ਇਹ ਦੁਕਾਨ ਜ਼ਿਆਦਾ ਚੱਲਦੀ ਹੈ ਸਾਡੀ ਘੱਟ ਚੱਲਦੀ ਹੈ ਇਸ ਤਰ੍ਹਾਂ ਕਈ ਵਾਰੀ ਝਗੜਾ ਵੀ ਹੋਇਆ ਆਪਸ ਵਿੱਚ ਦੀ ਅਤੇ ਪਰ ਉਹ ਫਿਰ ਚਲੇ ਗਏ ਉੱਥੋਂ ਗਏ ਉਹਨਾਂ ਦੀ ਦੁਕਾਨ ਚੱਲੀ ਨਹੀਂ ਜ਼ਿਆਦਾ ਅਤੇ ਫਿਰ ਨਾਨਾ ਜੀ ਜਿਹੜੇ ਉਹ ਬਹੁਤ ਜ਼ਿਆਦਾ ਤਿੱਖੇ ਸੁਭਾਅ ਦੇ ਸੀ ਗੁੱਸੇ ਵਾਲੇ ਸੀ ਹਾਂ ਇੱਕ ਵਾਰੀ ਉਹਨਾਂ ਦਾ ਝਗੜਾ ਹੋ ਗਿਆ ਫਾਦਰ ਨਾਲ ਬੀਬੀ ਨਾਲ ਅਤੇ ਉਹਨਾਂ ਨੇ ਰਾਤ ਨੂੰ ਅਚਾਨਕ ਅੱਗ ਲਾ ਤੀ ਦੁਕਾਨ ਨੂੰ ਅੱਛਾ ਆਪਣੀ ਦੁਕਾਨ ਨੂੰ ਹਾਂ ਅਤੇ ਮੈਨੂੰ ਯਾਦ ਹਾਂ ਨਹੀਂ ਉਹ ਸੁਬਹਾ ਜਾ ਕੇ ਦੇਖਿਆ ਅਤੇ ਦੁਕਾਨ ਸਾਰੀ ਸੜ ਗਈ ਸੜ ਚੁੱਕੀ ਸੀ ਸਾਰਾ ਸਮਾਨ ਸੜ ਗਿਆ ਸਭ ਕੁਛ ਸੜ ਗਿਆ ਉਦੋਂ ਮੈਂ 10 ਸਾਲਾਂ ਦਾ ਸ਼ਾਇਦ ਹੋਵਾਂ 3 ਸਾਲ ਬਾਅਦ ਦੀ ਗੱਲ ਹੈ 3 ਜਾਂ 2 ਸਾਲਾਂ ਬਾਅਦ ਦੀ ਗੱਲ ਹੈ ਅਤੇ ਦੁਕਾਨ 'ਤੇ ਸਾਰੇ ਸਮਾਨ ਸੜ ਗਿਆ ਉਹ ਵਿੱਚ ਹੀ ਅਤੇ ਫਿਰ ਮਸਲਾ ਖੜ੍ਹਾ ਹੋ ਗਿਆ ਵੀ ਹੁਣ ਦੁਕਾਨ ਕਿੱਥੇ ਕਿਵੇਂ ਕਰੀਏ ਨਾ ਤਾਂ ਕੋਈ ਪੈਸਾ ਨਾ ਸਮਾਨ ਬਚਿਆ ਅਤੇ ਫਿਰ ਉੱਥੇ ਇੱਕ ਬੂਟਾ ਸਿੰਘ ਸਰਦਾਰ ਸੀ ਉਹ ਬਹੁਤ ਸ਼ਰੀਫ ਆਦਮੀ ਸੀ ਅਤੇ ਬਹੁਤ ਪਰਉਪਕਾਰੀ ਟਾਈਪ ਦਾ ਸੀ ਖੁੱਲ੍ਹਦਾ ਸੀ ਗਰੀਬਾਂ ਦੀ ਹੈਲਪ ਕਰਦਾ ਸੀ ਮੈਨੂੰ ਅਜੇ ਵੀ ਯਾਦ ਹੈ ਸ਼ਕਲ ਉਹਨਾਂ ਦੀ ਪਿੰਡ 'ਚ ਸਭ ਤੋਂ ਵੱਧ ਜ਼ਮੀਨ ਬੂਟਾ ਸਿੰਘ ਸੀ ਹਵੇਲੀ ਵੀ ਉਹਨਾਂ ਦੀ ਵੱਡੀ ਹਵੇਲੀ ਵੱਡੀ ਸੀ ਅਤੇ ਪਿੰਡ ਦੇ ਵਿਚਕਾਰ ਉਹਨਾਂ ਦੀ ਹਵੇਲੀ ਹੁੰਦੀ ਸੀ ਹਾਂ ਬੂਟਾ ਸਿੰਘ ਨੂੰ ਤਰਸ ਆ ਗਿਆ ਉਹਨੇ ਫਿਰ ਕਿਹਾ ਵੀ ਤੁਸੀਂ ਦੁਕਾਨ ਮੈਂ ਤੁਹਾਡੀ ਕਰਾ ਦਿੰਦਾ ਅਤੇ ਉਹ ਉਹਨਾਂ ਦਾ ਜਿਹੜਾ ਇੱਕ ਜਗ੍ਹਾ ਪਈ ਸੀ ਖਾਲੀ ਉਹ ਦੇ ਤੀ ਅਤੇ ਉੱਥੇ ਉਹਨਾਂ ਨੇ ਕਹਿਤਾ ਵੀ ਇੱਥੇ ਤੁਸੀਂ ਬਣਾ ਲਓ ਦੁਕਾਨ ਅਤੇ ਫਾਦਰ ਆਪਣੇ ਕਿਉਂਕਿ ਭੋਲੇ ਭਾਲੇ ਸੀਗੇ ਉਹਨਾਂ ਨੇ ਬਿਨਾਂ ਕਿਸੇ ਆਪਦੇ ਨਾਂ ਲਵਾਏ ਉੱਥੇ ਦੁਕਾਨ ਕੁਛ ਵੀ ਨਹੀਂ ਕੀਤਾ ਬਸ ਉਹ ਗੁੱਡਫੇਤ ਦੇ ਵਿੱਚ ਵੀ ਇਹਦਾ ਇੰਨੇ ਬੈਕ ਸਾਈਡ ਤੇ ਘਰ ਸੀ ਤੇ ਉਹ ਜਦੋਂ ਦੁਕਾਨ ਬਹੁਤ ਚੱਲੀ ਉਹ ਉਸ ਦੁਕਾਨ 'ਤੇ ਮੈਂ ਵੀ ਕੰਮ ਕੀਤਾ ਉਦੋਂ ਮੈਂ ਸੱਤਵੀਂ 'ਚ ਜਾਂ 6ਵੀਂ 'ਚ ਹੋਊਂਗਾ ਨਹੀਂ ਤਾਂ ਸਕੂਲ ਰਾਮਪੁਰੇ ਦਾਖਲਾ ਸਕੂਲ ਰਾਮਪੁਰਾ ਮੰਡੀ 'ਚ ਸੀਗਾ ਮੰਡੀ 'ਚ ਹਾਂ ਅਤੇ ਮੰਡੀ ਫੂਲ ਦੇ ਵਿੱਚ ਫਿਰ ਡੇਲੀ ਪੈਦਲ ਜਾ ਉੱਥੇ ਦਾਖਲ ਪਹਿਲੀ ਜਮਾਤ ਤੋਂ ਉੱਥੇ ਸ਼ੁਰੂ ਕੀਤਾ ਫਿਰ ਹਾਂ ਪਹਿਲੀ ਸ਼ੁਰੂ ਕੀਤਾ ਅੱਛਾ ਅਤੇ ਉਹ ਮੰਡੀ ਡੇਲੀ ਪੈਦਲ ਜਾਂਦੇ ਸੀਗੇ ਉਦੋਂ ਤਾਂ ਨਾ ਕੋਈ ਸਾਈਕਲ ਹੁੰਦਾ ਸੀ ਨਾ ਸੜਕਾਂ ਹੁੰਦੀਆਂ ਸੀ ਪੈਦਲ ਹੀ ਜਾਂਦੇ ਸੀ ਇਹੀ ਜਿਹੜਾ ਬ੍ਰਾਂਪੇ ਦਾ ਹਾਈ ਸਕੂਲ ਹੈ ਇਹੀ ਸਕੂਲ ਹੁੰਦਾ ਸੀ ਨਹੀਂ ਨਹੀਂ ਇਹ ਬਾਅਦ 'ਚ ਬਣਿਆ ਇਹ ਬਾਅਦ 'ਚ ਬਣਿਆ ਹਾਂ ਉਹ ਮੰਡੀ ਫੂਲ ਉੱਥੇ ਹਾਂ ਜਿਹੜਾ ਗਵਰਨਮੈਂਟ ਹਾਈ ਸਕੂਲ ਮੰਡੀ ਫੂਲ ਉਹ ਸੀਗਾ ਅਤੇ ਪਰ ਉਸ ਤੋਂ ਪਹਿਲਾਂ ਜਿਹੜੀ ਐਜੂਕੇਸ਼ਨ ਹੈ ਉਹ ਪਿੰਡ ਦੇ ਵਿੱਚ ਪ੍ਰਾਇਮਰੀ ਸਕੂਲ ਵੀ ਸੀਗਾ ਸੱਚ ਪ੍ਰਾਇਮਰੀ ਸਕੂਲ ਮਾਸਟਰ ਬੀਰੂ ਰਾਮ ਉਹਦਾ ਸੀਗਾ ਉੱਥੇ ਕਿਉਂਕਿ ਮੈਂ ਜਦੋਂ ਅਸੀਂ ਪੜ੍ਹੇ ਉਦੋਂ ਮਾਸਟਰ ਨਛੱਤਰ ਸਿੰਘ ਸੀ ਗੁਰਦੁਆਰੇ ਕਲਾਸਾਂ ਲੱਗਦੀਆਂ ਉਦੋਂ ਦਾ ਹਾਂ ਕੋਲ ਪਹਿਲਾਂ ਉਹ ਸਕੂਲ ਵੱਖਰਾ ਸੀਗਾ ਅੱਛਾ ਅਤੇ ਉੱਥੇ ਮਾਸਟਰ ਬੀਰੂ ਰਾਮ ਜਿਹੜਾ ਉਹ ਪੜ੍ਹਾਇਆ ਕਰਦਾ ਸੀਗਾ ਉਹ ਮੰਡੀ ਰਾਮਪੁਰੇ ਤੋਂ ਆਉਂਦਾ ਸੀ ਡੇਲੀ ਉਹ ਵੀ ਪੈਦਲ ਆਉਂਦਾ ਸੀ ਅਤੇ ਉੱਥੇ ਸਕੂਲ ਡੇਲੀ ਜਦੋਂ ਜਾਂਦੇ ਛੋਟੇ ਛੋਟੇ ਹੁੰਦੇ ਸੀ ਅਤੇ ਕਈ ਵਾਰੀ ਮੈਨੂੰ ਇਹ ਵੀ ਯਾਦ ਆ ਵੀ ਜਦੋਂ ਕਿਤੇ ਕਿਸੇ ਨੂੰ ਸਜ਼ਾ ਦੇਣੀ ਉਹਨਾਂ ਨੇ ਮੁਰਗਾ ਬਣਾ ਦੇਣਾ ਹਾਂ ਅਤੇ ਫਿਰ ਅਸੀਂ ਕੀ ਕਰਦੇ ਰਸਤੇ 'ਚ ਇੱਕ ਸੁਨਿਆਰ ਸੀਗੇ ਸੁਨਿਆਰਾਂ ਦੀ ਫੈਮਿਲੀ ਉਹ ਪਟਾਕੇ ਬਣਾਉਂਦੇ ਸੀ ਕੰਧ 'ਚ ਮਾਰਨ ਵਾਲੇ ਉਹ ਸਾਨੂੰ ਜਿੰਨੇ ਵੀ ਸੀਗੇ
ਸਟੂਡੈਂਟ ਛੋਟੇ ਛੋਟੇ ਉਹਨਾਂ ਨੂੰ ਉੱਥੇ ਬਿਠਾ ਲੈਂਦੇ ਬਿਠਾ ਕੇ ਅਤੇ ਕਹਿੰਦੇ ਵੀ ਤੁਸੀਂ ਇੰਨੇ ਪਟਾਕੇ 100 ਪਟਾਕੇ ਬਣਾ ਦਿਓ 5 ਪਟਾਕੇ ਤੁਹਾਨੂੰ ਮਿਲ ਜਾਣਗੇ ਮੁਫਤ ਮਿਲ ਜਾਣ ਫਰੀ ਮਿਲ ਜਾਣ ਅਸੀਂ ਫਿਰ ਰਸਤੇ 'ਚ ਘਰਦਿਆਂ ਨੂੰ ਨਹੀਂ ਸੀ ਦੱਸਦੇ ਕਿਉਂਕਿ ਫਿਰ ਕੁੱਟ ਪੈਂਦੀ ਸੀ ਅਤੇ ਉਹ 100-100 ਪਟਾਕੇ ਅਸੀਂ ਤਿਆਰ ਕਰਕੇ ਉੱਥੇ ਬਣਾ ਕੇ ਤੁਸੀਂ ਪੱਗ ਬੰਨਦੇ ਸੀ ਉਦੋਂ ਪੱਗ ਬੰਨਦੇ ਸੀ ਵਾਲ ਰੱਖੇ ਸੀ ਕਿ ਨਹੀਂ ਨਹੀਂ ਵਾਲ ਨਹੀਂ ਸੀ ਰੱਖੇ ਪੱਗ ਬੰਨਦੇ ਸੀ ਹਾਂ ਪੱਗ ਬੰਨਦੇ ਸੀ ਅੱਛਾ ਉਹ ਸਾਰਾ ਟ੍ਰੈਂਡ ਪੱਗ ਬੰਨਣ ਦਾ ਪੱਗ ਬੰਨਣ ਦਾ ਪੱਗ ਬੰਨਦੇ ਤੇ ਜਸ਼ ਵੀ ਪੱਗ ਬੰਨਦਾ ਸੀਗਾ ਜਸ਼ ਵੀ ਬੰਨਦਾ ਸੀ ਪੱਗ ਵੀ ਜਿਹੜੀ ਉਹ ਥੱਲੇ ਲੜ ਲੰਮ ਹਾਂ ਭਗਤ ਸਿੰਘ ਵਾਲੀ ਆਹੋ ਸਾਈਡ 'ਤੇ ਲਾ ਲੜਦੇ ਹੋ ਹਾਂ ਅਤੇ ਇਸ ਤਰ੍ਹਾਂ ਦਾ ਉਹ ਸੀਗਾ ਅਤੇ ਉਹ ਫਿਰ ਡੇਲੀ ਪਟਾਕੇ ਜਿਹੜੇ ਉੱਥੇ ਮਿਲ ਜਾਣੇ 5 ਅਤੇ ਬੜੇ ਖੁਸ਼ ਹੋਣਾ ਅਸੀਂ ਵੀ ਮੈਂ ਉੱਥੇ ਫਿਰ ਬਾਹਰ ਬੈਠ ਕੇ ਕੁਲਫੀਆਂ ਬਣਾ ਕੇ ਵੇਚਦਾ ਸੀ ਬਰਫ਼ ਦੇ ਗੋਲੇ ਜਿਹੜੇ ਹਾਂ ਉੱਤੇ ਰੰਗ ਵਾਲਾ ਸ਼ਰਬਤ ਲਾ ਕੇ ਅਤੇ ਮੈਨੂੰ ਯਾਦ ਆ ਵੀ ਨਾਲ ਆਵਾਜ਼ਾਂ ਮਾਰਨੀਆਂ ਹਾਂ ਬੱਚਾ ਹਾਂ ਇਸ ਤਰ੍ਹਾਂ ਮੈਨੂੰ ਅੱਜ ਪਤਾ ਲੱਗਿਆ ਕੁਲਫੀਆਂ ਵੇਚਦੇ ਰਹੇ ਆਵਾਜ਼ਾਂ ਹਾਂ ਕਾਫ਼ੀ ਦੇਰ ਐਂ ਕੀਤਾ ਫਿਰ ਮੈਂ ਦੱਸ ਦਿਆਂ ਵੀ ਗਵਰਮੈਂਟ ਕਾਲਜ ਸਮਾਣੇ ਤੋਂ ਅੰਗਰੇਜ਼ੀ ਦੇ ਪ੍ਰੋਫੈਸਰ ਰਿਟਾਇਰ ਹੋਏ ਨੇ ਅਤੇ ਇਹਨਾਂ ਨੇ ਅੰਗਰੇਜ਼ੀ ਦੀਆਂ ਜਿਹੜੀਆਂ ਕਿਤਾਬਾਂ ਵੀ ਬੜੀਆਂ ਚੰਗੀਆਂ ਟ੍ਰਾਂਸਲੇਟ ਕੀਤੀਆਂ ਨੇ ਪੰਜਾਬੀ ਦੇ ਵਿੱਚ ਅਤੇ ਫਿਰ ਉਹ ਇਸ ਤਰ੍ਹਾਂ ਹੋਇਆ ਵੀ ਜਿਹੜੀ ਉਹਦੀ ਬੂਟਾ ਸਿੰਘ ਨੇ ਅੱਗੇ ਆਪਣੇ ਜਿਹੜੇ ਮੁੰਡਿਆਂ ਨੂੰ ਪ੍ਰੋਪਰਟੀ ਜੋ ਡਿਵਾਈਡ ਕੀਤੀ ਤਾਂ ਜਿਹੜੀ ਦੁਕਾਨ ਸੀ ਉਹ ਇਕਬਾਲ ਸਿੰਘ ਉਹਨਾਂ ਦਾ ਵੱਡਾ ਬੇਟਾ ਸੀ ਉਹਦੇ ਹਿੱਸੇ ਆ ਗਏ ਅਤੇ ਇਕਬਾਲ ਸਿੰਘ ਪਹਿਲਾਂ ਤਾਂ ਠੀਕ ਸੀਗਾ ਫਿਰ ਉਹ ਉਹਦੀ ਕਿਤੇ ਪੋਸਟਿੰਗ ਹੋ ਗਈ ਉਹ ਥਾਣੇਦਾਰ ਬਣ ਗਿਆ ਅਤੇ ਥਾਣੇਦਾਰ ਬਣਨ ਤੋਂ ਬਾਅਦ ਥੋੜ੍ਹੇ ਜ਼ਿਆਦਾ ਉਹਦੇ 'ਚ ਥਾਣੇਦਾਰ ਬਾਅਦ 'ਚ ਛੱਡਿਆ ਸੀ ਹਾਂ ਛੱਡ ਕੇ ਆ ਗਿਆ ਸੀ ਅਤੇ ਉਹਦੇ ਮਨ 'ਚ ਪਤਾ ਨਹੀਂ ਕੀ ਆਈ ਉਹਦੇ ਅੱਗੇ ਦੋ ਮੁੰਡੇ ਸੀਗੇ ਅਤੇ ਉਹਨੇ ਸੋਚਿਆ ਵੀ ਪ੍ਰੋਪਰਟੀ ਜਿਹੜੀ ਹੈ ਮੇਰੀ ਇਹ ਦੱਬੀ ਬੈਠੀ ਆ ਅਤੇ ਉਹਨੇ ਇੱਕ ਵਾਰੀ ਕਹਿ ਦਿੱਤਾ ਇੱਕਦਮ ਵੀ ਤੁਸੀਂ ਉੱਠ ਜਾਓ ਅਤੇ ਇਹ ਤੁਹਾਡਾ ਕੋਈ ਹੱਕ ਨਹੀਂ ਹੈਗਾ ਅਤੇ ਜਿੱਥੇ ਮਰਜ਼ੀ ਜਾਓ ਅਤੇ ਉਸ ਤੋਂ ਬਾਅਦ ਕਿਰਾਏ 'ਤੇ ਦੁਕਾਨ ਲਈ ਉਹ ਘਰ ਲਿਆ ਆਪਣੇ ਤੈਨੂੰ ਵੀ ਯਾਦ ਹੋਣਾ ਕੱਚਾ ਘਰ ਸੀ ਜਿਹੜਾ ਅਤੇ ਹੋਸਟਲ ਮੈਂ ਥੋੜ੍ਹੀ ਦੇਰ ਹੋਸਟਲ 'ਚ ਉੱਥੇ ਰਿਹਾ ਅਤੇ ਇਹ ਗੰਗਾ ਨਾਲ ਸ਼ਿਫਟ ਹੋ ਗਈ ਫੈਮਿਲੀ ਸਾਰੀ ਉੱਥੇ ਫਿਰ ਫਾਦਰ ਨੇ ਇੱਕ ਦੁਕਾਨ ਕਰ ਲਈ ਮੇਨ ਮਾਰਕੀਟ ਦੇ ਵਿੱਚ ਦੁਕਾਨ ਸੀ ਕਰਿਆਨੇ ਦੀ ਅਤੇ ਜਦੋਂ ਮੈਂ 10th ਦਾ ਇਗਜ਼ਾਮ ਦੇ ਦਿੱਤਾ ਦੇਣ ਤੋਂ ਬਾਅਦ ਮੈਂ ਉਹ ਫਿਰ ਬਾਅਦ 'ਚ ਹਾਂ ਹਾਂ ਅਤੇ ਉਹਨਾਂ ਨੇ ਜਦੋਂ ਉੱਥੇ ਦੇਖਿਆ ਵੀ ਕਮਾਈ ਘੱਟ ਹੈ ਜਾਂ ਵੈਸੇ ਵੀ ਉਹਨਾਂ ਦਾ ਜੀ ਕੀਤਾ ਵੀ ਕੋਈ ਹੋਰ ਕੰਮ ਕੀਤਾ ਜਾਵੇ ਅਤੇ ਉਹ ਭੋਲੇ ਭਾਲੇ ਸੀਗੇ ਇੱਕ ਪਾਰਟਨਰ ਭਵਰਾ ਕੋਈ ਪਾਰਟਨਰ ਬਣ ਗਿਆ ਹਾਂ ਉਹਦੇ ਨਾਲ ਰਲ ਕੇ ਘਮੂੜ ਵਾਲੀ ਪਿੰਡ ਉੱਥੇ ਕਾਫ਼ੀ ਦੂਰ ਸੀਗਾ ਸਾਈਕਲਾਂ 'ਤੇ ਜਾਂਦੇ ਹੁੰਦੇ ਸੀ ਹਾਂ ਉੱਥੇ ਸ਼ਰਾਬ ਦਾ ਠੇਕਾ ਲੈ ਲਿਆ ਉਹ ਠੇਕਾ ਜਿਹੜਾ ਸੀਗਾ ਥੋੜ੍ਹੀ ਦੇਰ ਚਲਾਇਆ ਅਤੇ 6 ਮਹੀਨਿਆਂ ਬਾਅਦ ਭਵਰਾ ਪੈਸੇ ਲੈ ਕੇ ਭੱਜ ਗਿਆ ਸਾਰੇ ਹਾਂ ਮਾਰਦੇ ਮਾਰ ਫਿਰ ਉੱਥੇ ਚਾਚਾ ਡਿਪਟੀ ਜਿਹੜਾ ਸੀ ਸੋਹਨ ਲਾਲ ਉਹ ਵੀ ਕੁਛ ਦੇਰ ਠੇਕੇ 'ਤੇ ਰਿਹਾ ਮੈਂ ਵੀ ਕਦੇ ਕਦੇ ਉੱਥੇ ਜਾਂਦਾ ਸੀ ਅਤੇ ਉਹ ਉੱਥੇ ਸ਼ਰਾਬ ਦੀਆਂ ਬੋਤਲਾਂ 'ਚ ਪਾਣੀ ਕਿਵੇਂ ਪਾਈਦਾ ਮੈਂ ਵੀ ਸਿੱਖਿਆ ਉੱਥੇ ਉਹਦਾ ਢੱਕਣ ਖੋਲ੍ਹ ਕੇ ਸੂਏ ਨਾਲ ਅਤੇ ਉਸ ਤੋਂ ਬਾਅਦ
ਪਾਣੀ ਪਾ ਕੇ ਅਤੇ ਢੱਕਣ ਨੂੰ ਉਸੇ ਤਰ੍ਹਾਂ ਹੀ ਸੂਏ ਨਾਲ ਹੀ ਬੰਦ ਕਰ ਦਿੰਦੇ ਸੀ, ਦੇਸੀ ਸਾਹਿਬ ਹੁੰਦੀ ਸੀ। ਮੈਨੂੰ ਪਤਾ ਡਿਪਟੀ ਚਾਚਾ, ਅਦਰਵਾਈਜ਼ ਉਹ ਕਮਾਈ ਤਾਂ ਪੂਰੀ ਹੁੰਦੀ ਨਹੀਂ ਸੀ ਜਿੰਨੀ, ਜਿੰਨਾ ਠੇਕਾ ਗੌਰਮੈਂਟ ਲੈਂਦੀ ਸੀ ਅਤੇ ਉਨੀ ਸੇਲ ਹੁੰਦੀ ਨਹੀਂ ਸੀ, ਅਤੇ ਇਸ ਤਰ੍ਹਾਂ ਹੀ ਉਹ ਘਰ ਪੂਰਾ ਕੀਤਾ ਜਾਂਦਾ। ਹਾਂ, ਇਹ ਗੱਲਾਂ ਮੈਨੂੰ ਯਾਦ ਨੇ ਸਾਰੀਆਂ। ਹਾਂ, ਹੋਰ ਪੈ ਗਈ। ਹਾਂ, ਤੇ ਪੈਰਾਲਿਸਿਸ ਦਾ ਜਿਹੜਾ ਅਟੈਕ ਹੋਇਆ ਉਹਦੇ ਇੱਕ ਪਾਸਾ ਮਾਰਿਆ ਗਿਆ। ਹਾਂ, ਤੇ ਉਹ ਆਪਣਾ ਬਲੱਡ ਜਿਹੜਾ, ਹਾਂ, ਤੇ ਉਹਨਾਂ ਨੂੰ ਇੱਕ ਵਾਰੀ ਦਿਸਣੋਂ ਵੀ ਹਟ ਗਿਆ ਸੀ। ਹਾਂ, ਫਿਰ ਉੱਥੇ ਪਿੰਡ ਰਾਮਪੁਰੇ ਤੋਂ ਅੱਗੇ ਪੈਦਲ ਜਾ ਕੇ ਮੰਡੀ ਦੇ ਵਿੱਚ ਡਾਕਟਰ ਸ਼ਾਰਦਾ ਰੰਜਨ ਸੀਗਾ। ਹਾਂ, ਉਹ ਵਧੀਆ ਡਾਕਟਰ ਸੀ, ਬਹੁਤ ਚੰਗਾ ਸੀ। ਉਹਨੇ ਇਹ ਕਿਹਾ ਮੈਂ ਉੱਥੇ ਜਾ ਕੇ ਦੇਖ ਲੈਂਦਾ, ਫੀਸ ਕੋਈ ਨਹੀਂ ਲਈ ਉਹਨੇ, ਅਤੇ ਘਰ ਆ ਕੇ ਦੇਖ ਕੇ, ਅਤੇ ਉਹ ਕਹਿੰਦੇ ਵੀ ਹੁਣ ਇਹ ਰਿਕਵਰੀ ਤਾਂ ਮੁਸ਼ਕਿਲ ਹੈ ਕਿਉਂਕਿ ਦੇਰ ਹੋ ਗਈ ਹੈ, ਜੇ ਉਦੋਂ ਹੀ ਪਤਾ ਲੱਗ ਜਾਂਦਾ ਤੁਸੀਂ ਕੋਈ ਇੰਜੈਕਸ਼ਨ ਹੁੰਦੇ ਉਹ ਲਾ ਕੇ ਫਿਰ ਠੀਕ ਹੋ ਜਾਣੇ ਸੀ, ਅਤੇ ਇਹ ਤਾਂ ਹੁਣ ਰਿਕਵਰੀ ਮੁਸ਼ਕਿਲ ਹੈ। ਇਸ ਕਰਕੇ ਮੈਨੂੰ ਫਿਰ ਫਾਦਰ ਤਾਂ ਕਿਉਂਕਿ ਕੰਮ ਕਰਨ ਜੋਗੇ ਰਹੇ ਨਹੀਂ, ਅਤੇ ਪਾਸਾ ਮਾਰਿਆ ਗਿਆ। ਹਾਂ, ਅਤੇ ਮੈਂ ਫਿਰ ਸੋਚਿਆ, ਬੀਬੀ ਫਿਰ ਦੁਕਾਨ 'ਤੇ ਬੈਠਦੀ ਸੀ ਅਤੇ ਮੈਂ ਵੀ ਬੈਠਦਾ ਸੀ, ਸਾਰੇ ਆਪਣਾ ਉੱਥੇ ਦੁਕਾਨ ਰਲ ਕੇ ਕਰ। ਹਾਂ, ਅਤੇ ਉਦੋਂ ਤੂੰ ਛੋਟਾ ਸੀਗਾ, ਹਾਂ, ਬੈਠਦੇ ਸੀ ਅਤੇ ਤੈਨੂੰ ਕਈ ਵਾਰੀ ਜ਼ਬਰਦਸਤੀ ਬਿਠਾਉਂਦੇ ਸੀ, ਤੂੰ ਭੱਜ ਜਾਂਦਾ ਸੀਗਾ। ਫਿਰ ਜਦੋਂ ਵਿੱਚੋਂ ਦੀ ਮੈਨੂੰ ਸਕੂਲ ਦੇ ਵਿੱਚ ਮੈਂ ਜੋਬ ਕੀਤੀ, ਉਹ ਜਦੋਂ ਪਿੰਡ ਹੀ ਰਹਿੰਦੇ ਸੀ ਨਾ ਉੱਥੇ। ਅੱਛਾ, ਅਤੇ ਡੇਲੀ ਸਾਈਕਲ 'ਤੇ ਜਾ ਕੇ ਸੇਲਵਰਾ ਪਿੰਡ ਦੇ ਵਿੱਚ ਮੈਨੂੰ ਸਕੂਲ ਦੇ ਵਿੱਚ ਪੜ੍ਹਾਉਣ ਲਈ ਉੱਥੇ ਸ਼ੁਰੂ ਕੀਤਾ। ਉੱਥੇ ਮੈਂ ਇੱਕ ਦਿਨ ਉੱਥੇ ਰਹਿੰਦਾ ਸੀ, ਉੱਥੇ ਕਮਰਾ ਦੇ ਦਿੱਤਾ ਪੰਚਾਇਤ ਨੇ, ਪੰਚਾਇਤ ਦਾ ਸਕੂਲ ਸੀ ਗੁਰਦੁਆਰੇ 'ਚ ਹੈਗਾ ਸੀ, ਅਤੇ ਲਗਭਗ ਉੱਥੋਂ ਮੇਰੇ ਖਿਆਲ ਦਸਵੀਂ ਪਾਸ ਕੀਤੀ ਸੀ। 15 ਕਿਲੋਮੀਟਰ ਉੱਥੋਂ ਦੂਰ ਹੋਣਾ ਡੇਲੀ, ਸ਼ਾਮ ਨੂੰ ਆ ਕੇ, ਸ਼ਾਮ ਨੂੰ ਮੈਂ ਉੱਥੋਂ ਰਸਤੇ 'ਚੋਂ ਮੰਡੀ 'ਚੋਂ ਸਮਾਨ ਖਰੀਦਦਾ ਸੀ ਦੁਕਾਨ ਵਾਸਤੇ, ਅਤੇ ਫਿਰ ਸਵੇਰੇ ਫਿਰ ਉਵੇਂ ਚਲਾ ਜਾਂਦਾ ਸੀ, ਬੀਬੀ ਦੁਕਾਨ ਸਾਂਭਦੀ, ਤੁਸੀਂ ਦੁਕਾਨ ਸਾਂਭਦੇ ਸੀ, ਅਤੇ ਫਿਰ ਮੈਂ ਨਾਲ ਇਹਨੂੰ ਤੁਹਾਨੂੰ ਉਹ ਪੜ੍ਹਾਉਂਦਾ ਵੀ ਸੀ। ਹਾਂ, ਪੜ੍ਹਾਉਂਦਾ ਇੱਕ ਨਾਲ ਦੇ ਘਰ 'ਚ ਬੱਚਿਆਂ ਨੂੰ ਪੜ੍ਹਾਉਂਦਾ ਸੀ। ਮੈਂ ਦੱਸਦਿਆਂ ਵੀ ਅਸੀਂ 4 ਭਰਾ ਅਤੇ 1 ਭੈਣ, ਮਤਲਬ ਇਹ ਵੱਡੇ ਨੇ, ਇਹਨਾਂ ਦੇ ਛੋਟੇ ਜਸ਼ਪਾਲ, ਅਤੇ ਉਹਨਾਂ ਤੋਂ ਛੋਟੀ ਜਿਹੜੀ ਸਾਡੀ ਭੈਣ ਹੈ ਪੁਸ਼ਪਾ, ਅਤੇ ਉਹ ਮੈਂ ਉਦੋਂ ਅੱਗੇ ਮੈਂ, ਫਿਰ ਮੇਰੇ ਨਾਲ ਛੋਟੇ ਤਜਿੰਦਰ, ਸਾਰੇ ਅਸੀਂ ਪੜ੍ਹਦੇ ਸੀ ਵੱਖ ਵੱਖ ਕਲਾਸਾਂ 'ਚ, ਇਹ ਤਾਂ ਇਹਨਾਂ ਨੇ ਦੱਸਿਆ 10ਵੀਂ ਕਰਕੇ, ਅਤੇ ਉਸ ਵੇਲੇ ਸਾਡੇ ਫਾਦਰ ਨੂੰ ਜਿਹੜਾ ਪੈਰਾਲਾਈਸਿਸ ਹੋ ਗਿਆ, ਦਰੰਗ ਹੋ ਗਿਆ, ਅਤੇ ਉਹ ਕੰਮ ਨਹੀਂ ਕਰ ਸਕਦੇ ਸੀ, ਅਤੇ ਉਸ ਤੋਂ ਬਾਅਦ ਸਾਡੀ ਮਾਂ ਨੇ ਸਾਨੂੰ ਪੜ੍ਹਾਇਆ, ਅਤੇ ਜਾਂ ਇਹਨਾਂ ਨੇ। ਅੱਛਾ, ਫਿਰ ਮੰਡੀ ਸ਼ਿਫਟ ਕਰ ਗਏ। ਕਿੱਸਾ ਕਿੱਤਾ ਇਹ ਹੈਗਾ ਵੀ ਜਿਹੜੇ ਉਦੋਂ ਪਰਿਵਾਰ ਜਿਵੇਂ ਉੱਥੋਂ ਜਿਹੜੇ ਬਚ ਕੇ ਵੀ ਆ ਗਏ, ਜਿਨ੍ਹਾਂ ਨੂੰ ਉਦੋਂ ਕੋਈ ਨੁਕਸਾਨ ਵੀ ਨਹੀਂ ਹੋਇਆ, ਅਤੇ ਉਹਨਾਂ ਦਾ ਕੀ ਹਾਲ, ਕਿਵੇਂ ਉਹਨਾਂ ਨੇ ਔਖ ਸੌਖ ਝੱਲੀ, ਇੱਧਰ ਆ ਕੇ ਕੁਛ ਹੈ ਨਹੀਂ ਸੀਗਾ, ਪਰ ਉਸ ਔਖ ਸੌਖ ਦੇ ਬਾਵਜੂਦ ਫਿਰ ਕਿਵੇਂ ਆਪਣਾ ਸਰਵਾਈਵਲ ਦੀ ਲੜਾਈ ਲੜੀ, ਸਰਵਾਈਵਲ ਦੀ ਲੜਾਈ, ਰੋਟੀ ਰੋਜ਼ੀ ਦੇ ਮਸਲੇ, ਅਤੇ ਥਾਂ ਥਾਂ 'ਤੇ ਫਿਰ ਉਹ ਕੁਛ ਵਾਪਰਦਾ ਰਿਹਾ, ਮਤਲਬ ਇੱਧਰ ਆ ਕੇ ਵੀ ਉਹ ਜਿਹੜਾ ਉਹ ਮੁਸ਼ਕਲਾਂ ਸਹਿਣੀਆਂ ਪੈਂਦੀਆਂ ਰਹੀਆਂ, ਅਤੇ ਉਹਦੇ ਵਿੱਚੋਂ ਫਿਰ ਇਹਦੇ ਬਾਵਜੂਦ ਵੀ ਉਹ ਇੰਨੀਆਂ ਔਖਾਂ ਦੇ, ਇੰਨੀ ਗਰੀਬੀ ਦੇ ਬਾਵਜੂਦ ਵੀ ਜਿਹੜੇ ਉਹਦੇ ਵਿੱਚੋਂ ਫਿਰ ਵੀ ਜਿਹੜੇ ਉਹ ਪੜ੍ਹੇ ਲਿਖੇ
ਸਾਡਾ ਹੋਰ ਵੀ ਇਹੋ ਜਿਹੇ ਪਰਿਵਾਰ ਹੋਣਗੇ, ਸਾਡਾ ਪਰਿਵਾਰ ਸਾਰੇ ਅਸੀਂ ਪੜ੍ਹੇ ਲਿਖੇ ਹਾਂ, ਕਿਤੇ ਨਾ ਕਿਤੇ ਕੰਮ ਧੰਦੇ ਵੀ ਲੱਗੇ ਹਾਂ ਅਸੀਂ ਇਸ ਨੂੰ। ਅਤੇ ਜਿਵੇਂ ਮੈਂ ਦੱਸਿਆ ਇਹਦੇ ਪ੍ਰੋਫੈਸਰ ਰਿਟਾਇਰ ਹਨ, ਮੇਰਾ ਜਿਹੜਾ ਦੂਜੇ ਬ੍ਰਦਰ ਉਹ ਵੀ ਸਾਇੰਸ ਟੀਚਰ ਸੀ, ਸਿਸਟਰ ਮੇਰੇ ਬੈਂਕ 'ਚ ਸੀਗੇ ਉੱਥੋਂ ਰਿਟਾਇਰ ਹੋਏ ਨੇ, ਅਤੇ ਛੋਟਾ ਬ੍ਰਦਰ ਵੀ ਉਹ ਵੀ ਪ੍ਰਿੰਸੀਪਲ ਰਿਟਾਇਰ ਹੋਇਆ। ਅਤੇ ਸਾਡੇ ਉਸ ਵੇਲੇ ਦੇ ਪਰਿਵਾਰਾਂ ਦੀ ਸਟਰਗਲ ਦੇਖ ਲਓ ਕਿੰਨੀ ਜਦੋਂ ਯਾਦ ਸੀ। ਅਤੇ ਸਾਡੇ ਪਰਿਵਾਰ 'ਚ ਤਾਂ ਖਾਸ ਕਰਕੇ ਕਿ ਸਾਡੇ ਪਿਤਾ ਜੀ ਉਸ ਤੋਂ ਬਾਅਦ ਬਦਰੰਗ ਹੋਣ ਤੋਂ ਬਾਅਦ ਉਹ ਮੰਜੇ 'ਤੇ ਰਹੇ, ਆਖਰੀ ਦਮ ਤੱਕ ਉਹ ਕੰਮ ਨਹੀਂ ਕਰ ਸਕੇ ਤੁਰ ਫਿਰੇ। ਇਹਦੇ ਬਾਵਜੂਦ ਸਾਰੇ ਜਿਹੜੀ ਸਾਡੀ ਮਾਂ ਨੇ ਇਹਨਾਂ ਨੇ ਸਾਰੇ ਪਰਿਵਾਰ ਨੂੰ ਸੰਭਾਲਿਆ ਪੜ੍ਹਾਇਆ, ਅਤੇ ਉਹ ਸਾਰਾ ਕੁਝ ਜਿਹੜੇ ਛੱਡ ਕੇ ਆਏ ਸੀ ਉੱਥੋਂ, ਉਹ ਅੱਗੇ ਵੀ ਉਹਨਾਂ ਨੂੰ ਮੁਸ਼ਕਲਾਂ ਦਾ ਕਿਹੋ ਜਿਹਾ ਸਾਹਮਣਾ ਕਰਨਾ ਪਿਆ। ਅਤੇ ਅੱਜ ਦਾ ਦਿਨ ਜਾਂ ਜਿਹੜਾ 15 ਅਗਸਤ ਦਾ ਦਿਨ ਹੈ ਆਜ਼ਾਦੀ ਦਾ ਦਿਵਸ ਹੈ, ਇਸ ਮੌਕੇ ਇਹ ਗੱਲਾਂ ਵੀ ਯਾਦ ਕਰਨੀਆਂ ਜ਼ਰੂਰੀ ਨੇ ਵੀ ਉਹ ਜੋ ਕੁਛ ਹੋਇਆ ਸੀ ਉਹ ਕਿੰਨਾ ਕੁ ਪਤਾ ਨਹੀਂ ਲੱਖਾਂ ਕਰੋੜਾਂ ਪਰਿਵਾਰਾਂ ਨੂੰ ਇਹ ਸਾਰਾ ਕੁਛ ਭੁਗਤਣਾ ਪਿਆ। ਅਤੇ ਕਈ ਉੱਠ ਗਏ, ਕਈਆਂ ਦੇ ਵਿਚਾਰਿਆਂ ਦੇ ਬਹੁਤ ਮੁਸ਼ਕਲ ਵੀ ਹੋਏ, ਕਈ ਪਹਿਲਾਂ ਬਚੇ ਨਹੀਂ, ਫਿਰ ਜਿਹੜੇ ਬਚ ਗਏ ਉਹਨਾਂ ਨੂੰ ਕਿਸ ਤਰ੍ਹਾਂ ਦੀ ਮੁਸ਼ਕਲਾਂ ਸਾਹਮਣਾ ਹੋਏ, ਇਹਦੀ ਇੱਕ ਝਲਕ ਤੁਹਾਨੂੰ ਅਸੀਂ ਅੱਜ ਇਸ 'ਚ ਦਿਖਾਈ ਹੈ ਮੇਰੇ ਸਾਡੇ ਆਪਣੇ ਪਰਿਵਾਰ ਦੀ ਕਹਾਣੀ ਰਾਹੀਂ। ਬਹੁਤ ਮਿਹਰਬਾਨੀ, ਸ਼ੁਕਰੀਆ ਜੀ।